ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਭ ਸੰਗਤ ਜੀਓ ਅੱਜ ਦਾਸ ਸੰਤਮਾ ਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਇੱਕ ਹਨ ਪੱਤੀ ਗੱਲ ਜਿਹੜਾ ਪੁੱਚੁਕਲੇ 'ਚ ਪੈਂਦਾ ਹੈਗਾ ਉੱਥੇ ਦੀ ਇੱਕ ਮਾਈ ਜਿਹਦਾ ਨਾਂ ਸੀ ਭਾਗਕੌਰ ਇੱਕ ਕਾਫੀ ਸਮੇਂ ਤੋਂ ਨਾ ਮਾਪ ਪੁਰਖਾਂ ਦੀ ਸੇਵਾ ਕਰਦੀ ਹੁੰਦੀ ਸੀ ਸੋ ਇਸ ਮਾਈ ਭਾਗੌਰ ਦੇ ਪੇਕੇ ਉੱਬੇ ਪਿੰਡ ਹੁੰਦੇ ਸੀ ਜਿਹਨਾਂ ਟਾਈਮਾਂ ਦੇ ਵਿੱਚ ਬੜੀ ਪਲੇਗ ਦੀ ਬਿਮਾਰੀ ਪਈ ਸੀ ਤੇ ਇਸ ਮਾਈ ਦੇ ਜਿਹੜਾ ਪਰਿਵਾਰ ਸੀਗਾ ਪੇਕੇ ਘਰ ਵਾਲਾ ਇਹ ਕਾਫੀ ਵੱਡਾ ਪਰਿਵਾਰ ਸੀਗਾ ਪਰ ਇਹ ਪਰਿਵਾਰ ਜਿਹੜਾ ਸੀਗਾ ਇਸ ਮਹਾਮਾਰੀ ਦੀ ਲਪੇਟ ਦੇ ਵਿੱਚ ਆ ਗਿਆ ਸੀਗਾ ਤੇ ਇਸ ਵੱਡੇ ਪਰਿਵਾਰ ਦੇ ਵਿੱਚੋਂ ਇਸ ਮਾਈ ਦੇ ਜਿਹੜੇ ਸੀਗੇ ਭਤੀਜੇ ਗੱਜਣ ਸਿੰਘ ਤੇ ਇੱਕ ਭਤੀਜਾ ਗੰਡਾ ਸਿੰਘ ਤੇ ਇੱਕ ਇਹਦੀ ਨੌ ਜਿਹਦਾ ਨਾਸੀ ਰਤਨ ਕੌਰ ਇਹ ਤਿੰਨ ਜੀ ਬਚੇ ਸਕੇ ਬਾਕੀ ਸਾਰਾ ਪਰਿਵਾਰ ਜਿਹੜਾ ਸੀਗਾ ਉਹ ਪਲੇਗ ਦੀ ਬਿਮਾਰੀ ਦੇ ਲਪੇਟ ਚ ਆ ਗਿਆ ਸੀ ਸੋ ਇਹ ਜਿਹੜੀ ਰਤਨ ਕੌਰ ਨੌ ਸੀਗੀ ਇਸ ਪਰਿਵਾਰ ਦੀ ਉਸ ਨੇ ਕੀ ਕੀਤਾ ਜਿਹੜਾ ਗੰਡਾ ਸਿੰਘ ਸੀ ਹੈ ਨਾ ਉਸ ਗੱਡਾ ਸਿੰਘ ਤੇ ਚਾਦਰ ਪਾ ਲਈ ਉਹਨਾਂ ਟਾਈਮਾਂ ਚ ਜਦਦਰ ਚਾਦਰ ਪਾ ਲਈ ਤੇ ਇਸ ਤੋਂ ਬਾਅਦ ਫਿਰ ਜਿਹੜਾ ਗੰਡਾ ਸਿੰਘ ਤੇ ਆਪਣੀ ਪਤਨੀ ਰਤਨ ਕੌਰ ਇਹ ਦੋਨੇ ਜਣੇ ਹਨ ਇਹ ਇਸ ਮਾਈ ਨੂੰ ਪਿੰਡ ਮਿੰਡ ਵਾਸਤੇ ਪਿੰਡ ਪੁੱਜੋ ਕਲਾਏ ਜਦ ਮਾਈ ਭਾਗਕੌਰ ਨੂੰ ਮਿਲਣ ਆਏ ਤੇ ਮਾਈ ਭਾਗਕੌਰ ਨੇ ਇਹਨਾਂ ਦੇ ਨਾਲ ਜਿਹੜੀ ਸੀ ਸਾਰੀ ਪੇਟੇ ਪਰਵਾਰ ਦੀ ਸੁੱਖ ਸ਼ਾਂਤ ਪੁੱਛੀ ਕਿਉਂਕਿ ਜਿਹੜੀ ਮਾਈ ਭਾਗਕੌਰ ਸੀ ਇਹ ਮਾਪੁਰਖਾਂ ਦੀ ਕਾਫੀ ਢੇਰ ਤੋਂ ਸੇਵਾ ਕਰਦੀ ਹੁੰਦੀ ਸੀ ਇਸ ਕਰਕੇ ਇਹ ਸੁਨੇਹਾ ਨ ਗੰਡਾ ਸਿੰਘ ਤੇ ਇਹਦੀ ਘਰ ਵਾਲੀ ਰਤਨਕੌਰ ਇਹਨਾਂ ਦੋਨਾਂ ਨੂੰ ਭੇਰੇ ਰਿਆ ਕਿ ਸਵੇਰੇ ਤੁਸੀਂ ਮਾਪੁਰਖਾਂ ਦੇ ਪਾਸ ਜਾਵੋ ਤੇ ਜਾ ਕੇ ਉਹਨਾਂ ਦੇ ਨਾਲ ਦਰਸ਼ਨ ਕਰੋ ਜਦ ਦਿਨ ਚੜ੍ਹਿਆ ਇਹ ਤਿੰਨੇ ਜਣੇ ਮਾਈ ਭਾਗਕੌਰ ਗੰਡਾ ਸਿੰਘ ਤੇ ਇਹਦੀ ਪਤਨੀ ਰਤਨਕੌਰ ਇਸ ਢਿੱਲੇ ਦੇ ਉੱਪਰ ਗਏ ਉੱਪਰ ਜਾ ਕੇ ਹਨਾ ਇਹਨੇ ਮਹਾਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਬਿਠੇ ਤੇ ਬਾਬਾ ਜੀ ਨੇ ਹਨਾ ਗੰਡਾ ਸਿੰਘ ਤੇ ਇਹਦੀ ਜਿਹੜੀ ਘਰਵਾਲੀ ਰਤਨਕੌਰ ਸੀ ਉਸ ਦਾ ਨਾਂ ਪਤਾ ਗੋਤ ਪੁੱਛਿਆ ਉਸ ਤੋਂ ਬਾਅਦ ਪੁੱਛਿਆ ਵੀ ਤੁਸੀਂ ਕਿਵੇਂ ਆਏ ਆ ਫਿਰ ਇਹ ਮਾਈ ਭਾਗੋ ਨੇ ਮਹਾਪੁਰਖਾਂ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਇਹ ਜਿਹੜਾ ਮੇਰਾ ਭਤੀਜਾ ਗੰਡਾ ਸਿੰਘ ਵਾ ਤੇ ਇਹਦੀ ਨਾ ਰਤਨਕੌਰ ਕਾਫੀ ਡੇਰ ਹੋਇਆ ਇਹਨਾਂ ਦੀ ਦੁਆਰੇ ਫਿਰ ਸ਼ਾਦੀ ਹੋਈ ਸੀ ਉਸ ਤੋਂ ਬਾਅਦ ਇਹਨਾਂ ਦੇ ਬੱਚਾ ਨਹੀਂ ਹੋਇਆ ਜਾ ਦੇ ਇੰਨੀ ਗੱਲ ਹੋਈ ਐ ਸੇ ਫਿਰ ਮਾਪੁਰਕ ਕਹਿਣ ਲੱਗੇ ਕਹਿੰਦੇ ਦੇਖੋ ਭਾਈ ਵੀ ਅਗਰ ਕਿਸੇ ਨੇ ਕੋਈ ਵੀ ਚੀਜ਼ ਲੈਣੀ ਆ ਉਹ ਆਪਣੀ ਕਮਾਈ ਵਿੱਚੋਂ ਤਾਂ ਲੈ ਸਕਦਾ ਲੇਕਿਨ ਦੂਸਰੇ ਦੀ ਕਮਾਈ ਦੇ ਵਿੱਚੋਂ ਨਾ ਕੋਈ ਕਿਸੇ ਦੇ ਦੂਸਰੇ ਨੂੰ ਕੋਈ ਚੀਜ਼ ਦਿੰਦਾ ਹੈਗਾ ਤੇ ਨਾ ਜਿਹੜਾ ਹੈਗਾ ਉਹ ਕੋਈ ਆਦਮੀ ਉਹਦੀ ਚੀਜ਼ ਮੰਗਦਾ ਪਰ ਫਿਰ ਮਾਈ ਨੇ ਬੇਨਤੀ ਕੀਤੀ ਸੀ ਕਿ ਮਾਪੁਰਕ ਤੁਸੀਂ ਕਿਰਪਾ ਕਰੋ ਇਹਨਾਂ ਨੂੰ ਹਨ ਾਲਾਦ ਬਖਸ਼ੋ ਚਾਹੇ ਤੁਸੀਂ ਮੇਰੀ ਕਮਾਈ ਚ ਬਖਸ਼ ਦਿਓ ਤੇ ਚਾਹੇ ਤੁਸੀਂ ਆਪਣੀ ਕਮਾਈ ਚ ਬਖਸ਼ ਤੁਸੀਂ ਕਿਰਪਾ ਕਰੋ ਜਦ ਮਈ ਭਗਕੌਰ ਨੇ ਜੀ ਨੇ ਜਿਹੜਾ ਮਹਾਪੁਰਖਾਂ ਦੇ ਚਰਨਾਂ ਦੇ ਵਿੱਚ ਤਰਲਾ ਕੀਤਾ ਤੇ ਮਹਾਪੁਰਖਾਂ ਨੇ ਲਗੇ ਚੱਲ ਠੀਕ ਆ ਸ਼ੁੱਧ ਵਾ ਉਸ ਤੋਂ ਬਾਅਦ ਫਿਰ ਮਹਾਪੁਰਖਾਂ ਨੇ ਨਾ ਇਸੇ ਪਰਿਵਾਰ ਨੂੰ ਕਿਹਾ ਸਗਾ ਕਿ ਸਾਡੇ ਜਿਹੜੇ ਹਨ ਪੁਰਾਣੇ ਸੇਵਕ ਭਾਈ ਬਰਿਆਮ ਸਿੰਘ ਵਾ ਪਾਠੀ ਸਿੰਘ ਵਾ ਉਹਨਾਂ ਤੋਂ ਇੱਕ ਘਰ ਦੇ ਵਿੱਚ ਹਨ ਪਾਠ ਰਖਾਓ ਜਦ ਇਹ ਜਿਹੜੀ ਸੀ ਮਹਾਂਪੁਰਖਾਂ ਨੇ ਆਦੇਸ਼ ਇਹਨਾਂ ਦੇ ਪਰਿਵਾਰ ਨੂੰ ਦਿੱਤਾ ਉਸ ਤੋਂ ਭਾਈ ਭਾਈ ਗੰਡਾ ਸਿੰਘ ਹੋਣਾ ਨੇ ਆਪਣੇ ਘਰ ਦੇ ਵਿੱਚ ਇਹ ਭਾਈ ਬ੍ਰਿਯੰਤ ਸਿੰਘ ਹੋਣਾ ਤੋਂ ਜਿਹੜਾ ਸੀਗਾ ਉਹ ਘਰ ਦੇ ਵਿੱਚ ਇੱਕ ਸਹਿਜ ਪਾਠ ਰਖਾਇਆ ਸੀਗਾ ਉਸ ਤੋਂ ਬਾਅਦ ਫਿਰ ਦੇਖੋ ਜਦ ਅਰਦਾਸ ਕੀਤੀ ਗਈ ਕਿਰਪਾ ਐਸੀ ਹੋਈ ਆ ਫਿਰ ਗੰਡਾ ਸਿੰਘ ਦੇ ਜਿਹੜੇ ਸੀ ਸਮਾ ਪਾ ਕੇ ਪੰਜ ਲੜਕੇ ਹੋਏ ਤੇ ਇੱਕ ਲੜਕੀ ਹੋਈ ਸੀ ਇਸੇ ਤਰ੍ਹਾਂ ਮਹਾਂਪੁਰਖਾਂ ਦੇ ਸਥਾਨ ਦੇ ਉੱਤੇ ਜਿਹੜਾ ਮੁੰਸ਼ੀ ਸੀਗਾ ਹਨਾ ਮੁੰਸ਼ੀ ਸਿੰਘ ਇਹ ਵੀ ਕਾਫੀ ਡੇਰ ਤੋਂ ਸੇਵਾ ਕਰਦਾ ਹੁੰਦਾ ਸੀਗਾ ਇੱਕ ਦਿਨ ਕੀ ਹੋਇਆ ਕੋਈ ਮੁੰਸੀ ਸਿੰਘ ਦੇ ਨਾ ਨਜ਼ਰ ਦੇ ਵਿੱਚ ਮਹਾਪੁਰਖਾਂ ਦੇ ਕੁਸ਼ ਰੁਪਈਏ ਜਿਹੜੇ ਸਗੇ ਉਹ ਸਾਹਮਣੇ ਪਏ ਉਹਨਾਂ ਨੂੰ ਨਜ਼ਰ ਆ ਗਏ ਜਦ ਮੁੰਸੀ ਸਿੰਘ ਨੂੰ ਸਾਹਮਣੇ ਰੁਪਈਏ ਨਜ਼ਰ ਆਏ ਤੇ ਮੁੰਸੀ ਸਿੰਘ ਦੇ ਪੈਸੇ ਦੇਖ ਕੇ ਉਹਨਾਂ ਮਨ ਦੇ ਵਿੱਚ ਲਾਲਚ ਆ ਗਿਆ ਜਦ ਲਾਲਚ ਆਇਆ ਤੇ ਮੁੰਸੀ ਸਿੰਘ ਨੇ ਉਹ ਜਿਹੜੇ ਪੈਸੇ ਮਹਾਪੁਰਖਾਂ ਦੇ ਉੱਥੇ ਪਏ ਸਗੇ ਉਹ ਚੱਕ ਕੇ ਆਪਣੀ ਜੀਬ 'ਚ ਪਾ ਲਏ ਤੇ ਦਿਨੇ ਜਿਹੜਾ ਸੀਗਾ ਉੱਥੋਂ ਹੁਣ ਘਰ ਨੂੰ ਤੁਰ ਪਿਆ ਜਦ ਘਰ ਨੂੰ ਤੁਰ ਪਿਆ ਤੇ ਇਹ ਪੈਸਿਆਂ ਦੀ ਜਿਹੜੀ ਰਕਮ ਸੀ ਉਹਨਾਂ ਟੈਂਮਾਂ ਦੇ ਵਿੱਚ 25 ਰੁਪਈਏ ਬਣਦੀ ਸੀ ਜਦ ਕੱਡ ਨੂੰ ਤੁਰਿਆ ਤੇ ਹਜੇ ਹਣਾ ਜਿਹੜਾ ਪੁੱਛੋ ਕੱਲਾ ਦੀ ਹੱਦ ਹਜੇ ਲੰਘਣ ਹੀ ਲੱਗਾ ਤੇ ਜਦ ਫਿਰ ਮੋਰਸੀ ਨੇ ਕੀ ਦੇਖਿਆ ਕਿ ਉਹਨੂੰ ਅੱਗੇ ਉਹ ਦਿਸਣਾ ਹੀ ਬੰਦ ਹੋ ਗਿਆ ਜਦ ਉਹਨੇ ਦੇਖਿਆ ਵੀ ਹੈ ਮੋਰੇ ਹਨੇਰਾ ਹਨੇਰਾ ਦਿਨ ਹੀ ਨਜ਼ਰ ਆਈ ਜਾਂਦਾ ਗੱਲ ਕੀ ਆ ਪਰ ਜਦ ਪਿਛੇ ਨੂੰ ਮੁੜ ਕੇ ਦੇਖਿਆ ਤੇ ਪਿਛਾਂ ਜਿਹੜਾ ਸਭ ਕੁਝ ਸਾਫ਼ ਦੇ ਸੀ ਪਰ ਜਦ ਅੱਗੇ ਨੂੰ ਤੁਰੇ ਤੇ ਅੱਗੇ ਬਿਲਕੁਲ ਹਨੇਰਾ ਦੇ ਸੀ ਦਿਸਣਾ ਬੰਦ ਹੋ ਜਵੇ ਕਰਦੇ ਕਰਦੇ ਫਿਰ ਮੋਰਸੀ ਦੇ ਮਨ ਦੇ ਵਿੱਚ ਆ ਗਿਆ ਵੀ ਓਹੋ ਇਹ ਤਾਂ ਮਹਾਂਪੁਰਖਾਂ ਦੀ ਜਿਹੜੀ ਆ ਉਹ ਜਾਰੀ ਕਰਾ ਮਤ ਹੈਗੀ ਆ ਕਿ ਅੱਜ ਪਹਿਲੀ ਵਾਰ ਮੈਂ ਮਹਾਪੁਰਖਾਂ ਦੇ ਪੈਸੇ ਚੋਰੀ ਲੈ ਕੇ ਤਾਂ ਆਪਣੇ ਪਿੰਡ ਜਾ ਰਿਹਾ ਹੈਗਾ ਪਰ ਦੇਖੋ ਮਹਾਪੁਰਖਾਂ ਨੇ ਕਲਾ ਵਰਤਾਤੀ ਮੈਂ ਅੱਗੇ ਜਾਂਦਾ ਤੇ ਮੈਨੂੰ ਹਨੇਰਾ ਹੋ ਜਾਂਦਾ ਮੈਨੂੰ ਦਿਸਣਾ ਬੰਦ ਹੋ ਜਾਂਦਾ ਜੇ ਮੈਂ ਪਿੱਛੇ ਦੇਖਾ ਤੇ ਫਿਰ ਮੈਨੂੰ ਸਾਰਾ ਕੁਝ ਦਿਖਦਾ ਫਿਰ ਜਦੋਂ ਮੁੰਸ਼ੀ ਸਿੰਘ ਨੂੰ ਜਿਹੜੀ ਸੀ ਹਨਾ ਮਨ ਦੇ ਵਿੱਚ ਇਸ ਗੱਲ ਦਾ ਪੁਛਤਾਵਾ ਹੋਇਆ ਇਹ ਫਿਰ ਹਨਾ ਮਨ ਚ ਇਹਨੇ ਜਿਹੜਾ ਸੀਗਾ ਇਹ ਵਿਚਾਰ ਕੀਤਾ ਕਿ ਹੁਣ ਹੋਰ ਕੋਈ ਫਾਇਦਾ ਨਹੀਂ ਹੈਗਾ ਵਾਪਸ ਮੋੜਨਾ ਹੀ ਚੰਗਾ ਹੈਗਾ ਇਹ ਸੋਚ ਕੇ ਮੁੰਸ਼ੀ ਜਿਹੜਾ ਸੀਗਾ ਫਿਰ ਵਾਪਸ ਮੁੜਿਆ ਜਦ ਬਾਬਸ਼ ਮੋੜੇ ਮਨ ਦੇ ਵਿੱਚ ਖਿਆਲ ਆ ਗਿਆ ਕਿ ਅਗਰ ਮੈਂ ਮਹਾਪੁਰਖਾਂ ਕੋਲ ਸਿੱਧਾ ਜਾ ਕੇ ਗਲਤੀ ਮੰਨਦਾ ਹੈਗਾ ਤੇ ਫਿਰ ਮੇਰੇ ਮਨ ਦੇ ਵਿੱਚ ਬੜੀ ਸ਼ਰਮਿੰਦਗੀ ਆ ਕਿਉਂਕਿ ਮੈਂ ਮਹਾਪੁਰਖਾਂ ਦੇ ਸਾਹਮਣੇ ਕਿਵੇਂ ਹੋਊਗਾ ਇੱਕ ਤਾਂ ਮੈਂ ਚੋਰੀ ਕੀਤੀ ਹੈ ਦੂਜੀ ਮਾਫੀ ਮੰਗਣ ਸਾਹਮਣੇ ਜਾਵਾਂ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਇਹ ਸੋਚ ਕੇ ਇਹ ਮਰਸੀ ਸਿੰਘ ਰਜਵਾੜਾ ਜੋੜਿਆਂ ਵਾਲੇ ਦੇ ਕੋਲ ਪਹੁੰਚ ਗਿਆ ਜਦ ਉਸ ਜਗ੍ਹਾ ਤੇ ਆਇਆ ਤੇ ਉੱਥੇ ਨਾ ਲੰਬੜਦਾਰ ਲਾਲ ਸਿੰਘ ਆਪਣੇ ਮੁੰਡਿਆਂ ਦੇ ਨਾਲ ਉਹਨਾਂ ਟਾਈਮਾਂ ਦੇ ਵਿੱਚ ਕਣਕ ਦੀ ਬਾਢੀ ਕਰਦੇ ਸੀਗੇ ਤੇ ਇਸ ਨੇ ਲੰਬੜਦਾਰ ਲਾਲ ਸਿੰਘ ਦੇ ਕੋਲ ਜਾ ਕੇ ਮੋਹਨ ਸਿੰਘ ਨੇ ਸਾਰੀ ਜਿਹੜੀ ਰੁਪਈਆਂ ਦੀ ਗੱਲਬਾਤ ਸੀ ਖੋਲ ਦਿੱਤੀ ਵੀ ਕਿਵੇਂ ਮੇਰੇ ਮਨ ਦੇ ਵਿੱਚ ਬੇਈਮਾਨੀ ਆ ਗਈ ਲਾਲਚ ਬਸ ਹੋ ਕੇ ਮੈਂ ਮਹਾਪੁਰਖਾਂ ਦੇ 25 ਰੁਪਏ ਚਾਕੇ ਤੁਰ ਪਿਆ ਪਰ ਮਹਾਪੁਰਖਾਂ ਨੇ ਆ ਜਾਰੀ ਕਲਾ ਵਰਤਾਤੀਆ ਤੇ ਹੁਣ ਅਗਰ ਮੈਂ ਮਹਾਪੁਰਖਾਂ ਦੇ ਸਾਹਮਣੇ ਜਾਂਦਾ ਤੇ ਮੈਨੂੰ ਸ਼ਰਮ ਬੜੀ ਆਉਂਦੀ ਆ ਇਸ ਕਰਕੇ ਇਹਨੇ ਨਾ ਲੰਬੜਦਾਰ ਲਾਲ ਸਿੰਘ ਦੇ ਅੱਗੇ ਤਰਲਾ ਕੀਤਾ ਵੀ ਆਹ 25 ਰੁਪਏ ਤੂੰ ਲੈ ਜਾ ਤਾਂ ਮਹਾਪੁਰਖਾਂ ਨੂੰ ਜਾ ਕੇ ਮੋੜ ਦੇ ਕੋ ਕਿ ਮੈਂ ਸਾਹਮਣੇ ਨਹੀਂ ਜਾ ਸਕਦਾ ਜਦ ਇੰਨੀ ਗੱਲ ਹੋਈ ਤੇ ਫਿਰ ਲਾਲ ਸਿੰਘ ਕਹਿਣ ਲੱਗਾ ਕਹਿੰਦਾ ਕੋਈ ਗੱਲ ਨਹੀਂ ਕਿਤੇ ਕਿਸੇ ਟਾਈਮ ਜ਼ਿੰਦਗੀ ਵਿੱਚ ਕੋਈ ਐਸੀ ਗਲਤੀ ਹੋ ਜਾਂਦੀ ਲਾਲਸ ਬਸ ਹੋ ਕੇ ਗਲਤੀ ਹੋਈ ਸਕਦੀ ਕਿਸੇ ਤੋਂ ਵੀ ਹੋ ਸਕਦੀ ਆ ਪਰ ਮਹਾਪੁਰਖ ਅਗਰ ਆਪਾਂ ਉਹਨਾਂ ਦੀ ਛਾਨ 'ਚ ਚਲ ਜਾਈਏ ਕਿਸੇ ਦੇ ਔਗਣ ਨਿਚਤਾਰ ਦੇ ਸਭ ਮੁਆਫ ਕਰ ਦਿੰਦੇ ਆ ਤੂੰ ਮੇਰੇ ਨਾਲ ਚੱਲ ਤੇ ਮੈਂ ਤੈਨੂੰ ਹਨਾ ਉੱਥੇ ਮਹਾਪੁਰਖਾਂ ਦੇ ਕੋਲ ਜਾ ਕੇ ਮਾਫੀ ਦਵਾਨਾ ਜਦ ਲੰਬੜ ਦਾ ਲਾਲ ਸਿੰਘ ਨੇ ਉਸ ਮੁਰਸੀ ਨੂੰ ਆਖਿਆ ਤੇ ਮੁਰਸੀ ਕਹਿਣ ਲੱਗਾ ਵੀ ਗਲਤ ਤੇਰੀ ਠੀਕ ਹੈਗੀ ਆ ਪਰ ਮੈਂ ਹੁਣ ਮਾਹਪੁਰਖਾਂ ਦੇ ਸਾਹਮਣੇ ਨਹੀਂ ਜਾਣਾ ਹੈਗਾ ਤੇ ਤੂੰ ਜਿਵੇਂ ਵੀ ਕਿਵੇਂ ਹੈ ਨਾ 25 ਰੁਪਏ ਲੈ ਜਾ ਤੇ ਮਾਹਪੁਰਖਾਂ ਨੂੰ ਵਾਪਸ ਜਾ ਕੇ ਲਟਾ ਦੇ ਕਿਉਂਕਿ ਹੁਣ ਮੈਂ ਬਾਅਦ ਦੇ ਵਿੱਚ ਹੀ ਮਾਹਪੁਰਖਾਂ ਦੇ ਚਰਨਾਂ 'ਚ ਲੱਗੂੰਗਾ ਜਦੋਂ ਮਾਹਪੁਰਖ ਮੈਨੂੰ ਪੂਰੀ ਤਰ੍ਹਾਂ ਮਾਫ ਕਰ ਦੇਣਗੇ ਇਹ ਕਹਿ ਕੇ ਹੈਨਾ ਤੇ ਮੁਰਸ਼ੀ ਨੇ ਕੀ ਕੀਤਾ ਉਹ ਜਿਹੜੇ 25 ਰੁਪਏ ਸੀ ਲੰਬੜ ਦਾ ਲਾਲ ਸਿੰਘ ਨੂੰ ਦੇਦ ਕੇ ਤਾਂ ਆਪ ਜਿਹੜਾ ਸੀ ਉੱਥੋਂ ਚਲੇ ਗਿਆ ਜਾਂ ਤੇ ਲੰਬੜ ਦਾ ਲਾਲ ਸਿੰਘ ਨੇ 25 ਰੁਪਏ ਲੈ ਕੇ ਆਪਣੀ ਜੇਬ 'ਚ ਪਾ ਲਏ ਤੇ ਕੋਹਲੀ ਲੰਬੜ ਦਾ ਦੇ ਮੁੰਡੇ ਖੜੇ ਸੀਗੇ ਤੇ ਉਹ ਆਪਣੇ ਪਿਤਾ ਜੀ ਨੂੰ ਹੱਸਦੇ ਕਹਿਣ ਲੱਗੇ ਕਿੰਨੇ ਵੀ 25 ਰੁਪਏ ਜਿਹੜੇ ਆ ਆਪਾਂ ਇਦਾਂ ਨਾ ਕਰੀਏ ਵੀ ਆਪਣੀ ਕਣਕ ਦੀ ਬਾਡੀ ਚੱਲਦੀ ਆ ਤੇ 25 ਰੁਪਏ ਜਿਹੜੇ ਸੀ ਉਹ ਕੰਮਿਆਂ ਨੂੰ ਦਿਹਾੜੀ ਦੇ ਕੇ ਤਾਂ ਆਪਣੀ ਸਾਰੀ ਕਣਕ ਵੜਾ ਲੈਂਦੇ ਆ ਤੇ ਬਾਕੀ ਜਿਹੜੇ ਪੈਸੇ ਬਚਣਗੇ ਉਹਨਾਂ ਦਾ ਆਪਾਂ ਖੇ ਲੈ ਕੇ ਤੇ ਸਾਰੇ ਜਣੇ ਖਾ ਲੈਨੇ ਜਦ ਲੰਬੜ ਦਾ ਲਾਲ ਸਿੰਘ ਦੇ ਮੁੰਡਿਆਂ ਨੇ ਹੱਸਦੇ ਹੱਸਦੇ ਇਹ ਗੱਲ ਜਿਹੜੀ ਸੀ ਉਹ ਕਹੀ ਤੋ ਫਿਰ ਲੰਬੜਦਾਰ ਲਾਲ ਸਿੰਘ ਆਪਣੇ ਮੁੰਡੇ ਨੂੰ ਕਹਿਣ ਲੱਗਾ ਕਿ ਨੇ ਦੇਖੋ ਭਾਈ ਆ ਮੋਰਸੀ ਨੇ 25 ਰੁਪਏ ਮਾਪੁਰਖਾਂ ਦੇ ਚੱਕੇ ਆ ਤੇ ਇਹਨੇ ਚੱਕ ਕੇ ਜੇ ਬਰਤਨੇ ਹੁੰਦੇ ਆ ਤੇ ਇਹ ਬਹੀ ਵਰਤ ਵੀ ਸਕਦਾ ਸੀਗਾ ਤੁਹਾਨੂੰ ਪਤਾ ਹੈਗਾ ਬਈ ਉਹਨੇ ਕਿੰਨੀ ਕਿ ਜਿਹੜੀ ਆ ਇਹਦੇ 25 ਰੁਪਿਆਵਾਂ ਦੇ ਵਿੱਚੋਂ ਖੱਟੀ ਕਰ ਲਈ ਤੇ ਕਿੰਨਾ ਕੁ ਘੀ ਲੈ ਕੇ ਖਾ ਲਿਆ ਜਦੋਂ ਲੰਬੜਦਾਰ ਨੇ ਆਪਣੇ ਲੜਕੇ ਨੂੰ ਥੋੜਾ ਜਿਹਾ ਘੂਰਿਆ ਤੇ ਉਹਦੇ ਫਿਰ ਮੁੰਡੇ ਜਿਹੜੇ ਸੀ ਚੁੱਪ ਕਰ ਗਏ ਫਿਰ ਲੰਬੜਦਾਰ ਜਿਹੜਾ ਸਗਾ ਸੂਰਜਪੁਰ ਤੋਂ ਪਹਿਲਾਂ ਪਹਿਲਾਂ ਮਾਪੁਰਖਾਂ ਦੇ ਚਰਨਾਜੁ ਪਹੁੰਚਿਆ ਜਦੋਂ ਬਾਬਾ ਮਹਾਨਾਮ ਸੁਣਾ ਦੇ ਚਰਨਾਂ ਜਾ ਕੇ ਮੱਥਾ ਟੇਕਿਆ ਤੇ ਜਿਹੜੀ ਸਾਰੀ ਗੱਲਬਾਤ ਮਾਫੀ ਦੀ ਸੀ ਇਸ ਲੰਬੜ ਦਾ ਲਾਲ ਸਿੰਘ ਨੇ ਹਨਾ ਮਾਹਪੁਰਖ ਨੂੰ ਦੱਸ ਦਿੱਤੀ ਤੇ ਦੱਸ ਦਿੱਤੀ ਕਹਿਣ ਲੱਗੇ ਜੀ ਆ ਜਿਹੜੇ ਪੈਸੇ ਮੁੰਸੀ 25 ਰੁਪਏ ਦੇ ਗਿਆ ਇਹ ਆਪ ਜੀ ਦੇ ਤੇ ਤੁਸੀਂ ਇੱਥੇ ਰੱਖ ਲੋ ਤੇ ਉਹਨੂੰ ਮਾਫ ਕਰ ਦੇਆ ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਕਹਿਣ ਲੱਗੇ ਵੀ ਭਾਈ ਚਲ ਕੋਈ ਗੱਲ ਨਹੀਂ ਅਗਰ ਲੈ ਗਿਆ ਸੀ ਤਾਂ ਚਲ ਤਾਂ ਵੀ ਕੋਈ ਗੱਲ ਨਹੀਂ ਪਰ ਤੇਰੇ ਲੜਕੇ ਜਿਵੇਂ ਕਹਿੰਦੇ ਸੀਗੇ ਵੀ ਇਹ 25 ਰੁਪਏ ਕਮੈਨ ਨੂੰ ਦੇ ਕੇ ਤੇ ਕਣਕ ਦੀ ਬਾਡੀ ਕੱਲੀ ਤੇ ਨਾਲ ਹੀ ਕੀ ਖਾ ਲਈਏ ਤੂੰ ਤੁਸੀਂ ਆਪ ਘਰ ਵਰਤ ਲੈਣੇ ਸੀ ਜਦ ਇੰਨੀ ਗੱਲ ਹੋਈ ਤੇ ਲੰਬੜਦਾਰ ਜਿਹੜਾ ਸਖ ਹੱਥ ਜੋੜ ਕੇ ਕਹਿਣ ਲੱਗ ਕਹਿੰਦੇ ਮਾਪੁਰਖੋ ਵੀ ਇਹ ਲੜਕੇ ਤਾਂ ਜੇ ਨਿਆਣੇ ਆ ਉਹਨਾਂ ਨੂੰ ਜਿਹੜੀ ਸਮਝ ਨਹੀਂ ਹੈਗੀ ਇਹ ਕਹਿ ਕੇ ਹਨ ਮਾਪੁਰਖ ਕਹਿੰਦੇ ਚਲ ਕੋਈ ਗੱਲ ਨਹੀਂ ਦੇਖੋ ਮਾਪੁਰਖਾਂ ਨੇ ਫਿਰ ਮੋਰਸੀ ਨੂੰ ਜਿਹੜੇ 25 ਰੁਪਏ ਚੋਰੀ ਲੈ ਕੇ ਗਿਆ ਸੀ ਉਹਨੂੰ ਵੀ ਮਾਫ ਕਰ ਦਿੱਤਾ ਇਹ 25 ਰੁਪਏ ਸਿਮਾਪੁਰਖ ਨੇ ਲੰਬੜਦਾਰ ਲਾਲ ਸਿੰਘ ਨੂੰ ਇਹ ਗੱਲ ਕਹਿਤੀ ਵੀ ਆਹ ਰੁਪਏ ਲੈ ਜਾ ਲਿਜਾ ਕੇ ਹਨ ਉਹ ਜਿਹੜਾ ਇਹ ਦੂਸਰਾ ਸੇਵਾਦਾਰ ਹੈਗਾ ਉਸ ਨੂੰ ਦੇ ਦੇ ਤੇ ਉਹ ਸਾਰੀ ਜਿਹੜੀ ਲੰਗੜ ਦੀ ਰਸਦ ਪਾਣੀ ਲੈ ਕੇ ਤੇ ਇਹ ਸਾਰਾ ਪੈਸਾ ਜਿਹੜਾ ਹੁਣ ਲੰਗਰ ਦੀ ਰਸਦ ਦੇ ਵਿੱਚ ਸੰਗਤ ਵਾਸਤੇ ਖਰਚ ਕਰਦਾ ਹੋਊਗਾ ਇਸੇ ਤਰ੍ਹਾਂ ਨਾ ਜਦੋਂ ਮਹਾਂਪੁਰਖ ਉਹਨਾਂ ਟਾਈਮਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਉਸ ਟੈਮ ਹਨ ਜਿਹੜੀ ਡਾਲੀ ਦੀ ਸੇਵਾ ਸੀ ਨੀਲਾ ਸਿੰਘ ਕਰਦਾ ਹੁੰਦਾ ਸੀ ਉਸ ਟੈਮ ਨੀਲਾ ਸਿੰਘ ਦੇ ਕੋਲ ਇੱਕ ਢੱਗਾ ਹੁੰਦਾ ਸੀਗਾ ਉਹ ਜਿਹੜਾ ਢੱਗਾ ਸੀ ਉਹਦਾ ਰੰਗ ਹਨਾ ਚਿੱਟਾ ਬੱਗਾ ਹੁੰਦਾ ਸੀ ਪਰ ਮਹਾਂਪੁਰਖ ਜਦੋਂ ਢੱਗੇ ਨੂੰ ਦੇਖਦੇ ਹੁੰਦੇ ਸੀ ਤੇ ਆਪਣੀ ਨਗਰਾਨੀ ਵਿੱਚ ਇਸ ਢੱਗੇ ਦੀ ਬੜੀ ਸੇਵਾ ਕਰਦੇ ਹੁੰਦੇ ਸੀ ਬਾਬਾ ਮਹਾਰ ਨਾਮ ਸਿੰਘ ਜੀ ਇੱਕ ਵਾਰੀ ਸੰਗਤ ਨੇ ਨਾ ਸਹਿਜ ਸਵਾਲ ਪੁੱਛ ਲਿਆ ਕਿ ਮਹਾਂਪੁਰਖੋ ਵੀ ਇਹ ਢੱਗੇ ਦੇ ਤੁਸੀਂ ਆਪ ਆਪਣੀ ਨਗਰਾਨੀ ਵਿੱਚ ਬੜੀ ਸੇਵਾ ਕਰਾਉਂਦੇ ਆ ਇੰਨਾ ਪ੍ਰੇਮ ਤੁਹਾਨੂੰ ਇਸ ਢੱਗੇ ਨਾਲ ਕਰਦੇ ਆ ਜਦ ਇਹ ਨਹੀਂ ਗੱਲ ਹੋਈ ਸੀ ਤਾਂ ਮਹਾਪੁਰਖਾਂ ਨੇ ਉਸ ਟਾਈਮ ਫਿਰ ਇਹ ਗੱਲ ਆਖੀ ਸੀ ਕਿ ਇਹ ਜਿਹੜਾ ਟੱਗਾ ਹਨ ਕਿਸ ਲਈ ਕਿਸੇ ਜਨਮ ਦੇ ਵਿੱਚ ਸਾਡਾ ਕਹਿੰਦੇ ਭਰਾ ਹੁੰਦਾ ਸੀਗਾ ਇਸ ਕਰਕੇ ਅਸੀਂ ਇਹਦੀ ਸੇਵਾ ਕਰਦੇ ਹਾਂ ਪਰ ਹੁਣ ਇਹਦੀ ਕਲਿਆਣ ਹੋਊਗੀ ਇਹ ਆਪਣੀ ਸੇਵਾ ਜਿਹੜੀ ਹੈ ਇਸ ਢੰਗ ਨਾਲ ਕਰਕੇ ਹੁਣ ਇਹਦੀ ਜਿਹੜੀ ਰੂਹ ਆ ਉਹ ਚਰਾਸੀ ਦੇ ਚੱਕਰ ਦੇ ਵਿੱਚੋਂ ਮੁਕਤ ਹੋ ਕੇ ਤੇ ਜਿਹੜੀ ਆ ਹੁਣ ਬੁਕੁੰਠ ਧਾਮ ਚਲੀ ਜਾਊਗੀ ਇਸੇ ਤਰ੍ਹਾਂ ਇੱਕ ਵਾਰ ਕੀ ਹੋਇਆ ਕਿ ਜਦ ਗਰਮੀਆਂ ਦਾ ਸਮਾਂ ਆਇਆ ਸੀਗਾ ਤੇ ਡੇਰੇ ਦੇ ਵਿੱਚ ਦੁੱਧ ਦੀ ਬੜੀ ਕਮੀ ਹੋ ਗਈ ਸੀ ਜਦ ਕਮੀ ਹੋ ਗਈ ਤਾਂ ਮਹਾਪੁਰਖਾਂ ਨੇ ਉਸ ਟਾਈਮ ਕੀ ਕੀਤਾ ਭਾਈ ਨੀਲਾ ਸਿੰਘ ਨੂੰ ਆਖਿਆ ਕਹਿੰਦੇ ਵੀ ਭਾਈ ਇਦਾਂ ਕਰ ਆ ਪੈਸੇ ਲੈ ਜਾ ਤੇ ਜਿਹੜੇ ਬੱਕਰੀਆਂ ਵਾਲੇ ਮਾਲਕ ਆ ਹਨ ਉਹਨਾਂ ਕੋਲ ਦੁੱਧ ਲੈ ਕੇ ਆ ਜਦ ਇੰਨੀ ਗੱਲ ਹੋਈ ਤਾਂ ਸੇਵਾਦਾਰ ਨੇ ਪੈਸੇ ਫੜੇ ਬੱਕਰੀਆਂ ਵਾਲੇ ਕੋ ਚਲੇ ਗਿਆ ਪਰ ਜਦ ਉੱਥੋਂ ਦੁੱਧ ਮੰਗਿਆ ਤਾਂ ਬੱਕਰੀ ਵਾਲੇ ਨੇ ਜਦ ਦੁੱਧ ਤਾਂ ਦੇ ਦਿੱਤਾ ਪਰ ਨਾਲ ਕਹਿੰਦਾ ਵੀ ਅਸੀਂ ਪੈਸੇ ਨਹੀਂ ਲੈਣੇ ਇਸ ਤਰ੍ਹਾਂ ਜਿਹੜੇ ਸੀ ਉਹ ਨਹੀਂ ਪੈਸੇ ਨਹੀਂ ਲੈ ਤੇ ਇਹ ਜਿਹੜਾ ਸੇਵਾਦਾਰ ਨੀਲਾ ਸਿੰਘ ਸੀ ਵਾਪਸ ਆ ਗਿਆ ਮਾਹਪੁਰ ਖਨ ਨੂੰ ਪੈਸੇ ਦੇ ਕੇ ਕਹਿੰਨ ਕਿ ਮਾਹਪੁਰ ਕੋ ਬੱਕਰੀਆਂ ਵਾਲੇ ਦੁੱਧ ਤਾਂ ਦਿੱਤਾ ਪਰ ਪੈਸੇ ਨਹੀਂ ਲੈ ਤੇ ਬਾਬਾ ਜੀ ਕਹਿੰਨ ਲੱਗੇ ਕਹਿੰਦੇ ਨਹੀਂ ਭਾਈ ਇਹ ਜਿਹੜੇ ਪੈਸੇ ਹਨ ਇਹਨਾਂ ਨੂੰ ਦੁਬਾਰਾ ਬੱਕਰੀਆਂ ਵਾਲੇ ਨੂੰ ਦੇ ਕੇ ਆ ਕਿਉਂਕਿ ਨਾਲੇ ਉਹਨਾਂ ਨੇ ਸੁਨੇਹਾ ਦੇ ਦਿੱਤੀ ਕਿ ਤੁਸੀਂ ਉਦਾਂ ਜਿਹੜੀ ਸੇਵਾ ਕਰਦੇ ਹੋ ਠੀਕ ਆ ਪਰ ਜਿਹੜਾ ਦੁੱਧ ਅਸੀਂ ਮੰਗ ਕੇ ਲੈ ਕੇ ਆਉਂਦੇ ਹਾਂ ਨਾ ਉਹਦੇ ਪੈਸੇ ਤੁਹਾਨੂੰ ਹਰ ਹਾਲਤ ਵਿੱਚ ਲੈਣੇ ਹੀ ਪੈਣੇ ਆ ਸੋ ਦੇਖੋ ਫਿਰ ਵਾਪਸ ਜਿਹੜਾ ਸੀ ਨੀਲਾ ਸਿੰਘ ਉੱਥੇ ਗਿਆ ਸੀਗਾ ਉਹਨੇ ਫਿਰ ਮਾਹਪੁਰ ਖਾਂ ਜਿਹੜਾ ਹੁਕਮ ਸੀ ਪੈਸੇ ਦੇਣ ਦਾ ਉਹ ਬੱਕਰੀਆਂ ਮਲੇ ਨੂੰ ਸੁਣਾਤਾ ਤੇ ਉਹਨਾਂ ਨੂੰ ਪੈਸੇ ਦੇ ਕੇ ਜਿਹੜੇ ਸੀਗੇ ਇਹ ਮਹਾਪੁਰਖਾਂ ਦੀ ਜਿਹੜੀ ਖੁਸ਼ੀ ਸੀਗੀ ਉਹ ਨੀਲਾ ਸਿੰਘ ਨੇ ਜਿਹੜੇ ਸੀ ਉਹ ਹੁਕਮ ਦੇ ਰੂਪ ਦੇ ਵਿੱਚ ਪ੍ਰਾਪਤ ਕੀਤੀ ਸੀਗੀ ਇਸੇ ਤਰ੍ਹਾਂ ਜਦੋਂ ਇੱਕ ਵਾਰ ਬਹੁਤ ਗਰਮੀ ਸੀ ਤੇ ਸੰਗਤਾਂ ਵਿੱਚ ਬੜੀ بےਬਲਤਾ ਹੋਈ بےਬਲਤਾ ਹੋਈ ਆ ਤੇ ਸੰਗਤ ਦੇ ਵਿੱਚੋਂ ਕੁਝ ਪ੍ਰੇਮੀ ਕਹਿੰਦੇ ਮਹਾਪੁਰਖੋ ਵੀ ਅਜੇ ਇੰਨੀ ਗਰਮੀ ਆ ਹਵਾ ਬਿਲਕੁਲ ਨਹੀਂ ਭੱਗਦੀ ਜਦ ਇੰਨੀ ਗੱਲ ਹੋਈ ਤੇ ਬਾਬਾ ਜੱਸ ਕੇ ਕਹਿਣ ਲੱਗੇ ਕਹਿੰਦੇ ਵੀ ਹਵਾ ਚਾਈਦੀ ਆ ਕਹਿੰਦੇ ਹਾਂਜੀ ਮਾਪੁਰਖਾ ਅਗਰ ਹਵਾ ਕੇ ਦਿੱਸੇ ਟਾਈਮ ਕਿਸੇ ਵੀ ਤਰੀਕੇ ਨਾਲ ਬਗੇ ਤਾਂ ਬਹੁਤ ਵਧੀਆ ਹੈਗੀ ਆ ਤੇ ਮਾਪੁਰਖਾ ਕਹਿਣ ਲੱਗੇ ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਇਹ ਜਿਹੜਾ ਮੇਰਾ ਸਮਾਨ ਹੈ ਨਾ ਜੋ ਕਮਰੇ ਚ ਪਿਆ ਹੈਗਾ ਲੰਗਰ ਦਾ ਇਹਨੂੰ ਚੱਕ ਕੇ ਹਨ ਬਾਹਰ ਰੱਖ ਦਿਓ ਜੋ ਇਹ ਜਿਹੜੀ ਪ੍ਰੇਮੀਨ ਸਮਾਨ ਚੱਕ ਕੇ ਬਾਹਰ ਖੇ ਹਵਾ ਤਾਂ ਕੀ ਚਲਣੀ ਸੀ ਪੂਰੀ ਨੇਰੀ ਜ਼ੋਰ ਦੇ ਨਾਲ ਬਗਣੀ ਸ਼ੁਰੂ ਹੋ ਗਏ ਜਦ ਬਗਣੀ ਸ਼ੁਰੂ ਹੋ ਗਏ ਤਾਂ ਫੇਰ ਸਾਰੇ ਦੇਖਣ ਵੀ ਹੋ ਕੀ ਗਿਆ ਹੈਗਾ ਜਾ ਸਾਰੇ ਪਾਸੇ ਨੇਰੀ ਜੋੜ ਨ ਬਗੀਆ ਪਰ ਜਿਉਂ ਹੀ ਸਮਾਨ ਜਿਹੜਾ ਬਾਹਰ ਰੱਖਿਆ ਸੀ ਚੱਕ ਕੇ ਅੰਦਰ ਕੀਤਾ ਤੇ ਉਹ ਵੀ ਨੇਰੀ ਜਿਹੜੀ ਸੀ ਬੰਦ ਹੋ ਗਈ ਸੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਕੋਤ ਜਿਹੜੇ ਸੀ ਨਾ ਮਾਹਪੁਰਖਾਂ ਦੇ ਸਥਾਨ ਦੇ ਉੱਤੇ ਉਹ ਆਮ ਹੁੰਦੇ ਰਹਿੰਦੇ ਸੀ ਇੱਕ ਹਨਾ ਭਾਈ ਵੀਰ ਸਿੰਘ ਜੀ ਹੋਏ ਆ ਇਹ ਵੀ ਜਿਹੜੇ ਭਾਈ ਵੀਰ ਸਿੰਘ ਸੀ ਕਾਫੀ ਟੇਰ ਤੋਂ ਮਾਹਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ ਇੱਕ ਵਾਰ ਮਾਹਪੁਰਖ ਬੜੇ ਪ੍ਰਸੰਨ ਮੋਦਰਾ ਜਿਹਾ ਸੀਗੇ ਤੇ ਭਾਈ ਵੀਰ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਵੀ ਦੇਖ ਇੱਥੇ ਸੇਵਾਦਾਰ ਹੋਰ ਕੌਣ ਆ ਜਦ ਭਾਈ ਵੀਰ ਸਿੰਘ ਨੇ ਨજર ਮਾਰੀ ਤਾਂ ਮਹਾਂਪੁਰਖ ਨੂੰ ਕਹਿਣ ਲੱਗਾ ਕਿ ਅੱਜ ਹਨਾ ਸੇਵਾਦਾਰ ਕੋਈ ਨਹੀਂ ਟੱਲੇ ਦੇ ਉੱਤੇ ਤੇ ਆਪਾਂ ਬਿਲਕੁਲ ਾਕਾਂਤ ਦੇ ਵਿੱਚ ਹੀ ਬੈਠੇ ਆ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਹਿੰਦੇ ਲੈ ਫੇ ਵੀਰ ਸਿੰਘ ਇਸ ਤਰ੍ਹਾਂ ਕਰਦੇ ਆ ਅੱਜ ਤੈਨੂੰ ਇੱਕ ਐਸਾ ਮੰਤਰ ਦਿੰਦੇ ਆ ਕਿ ਇਸ ਮੰਤਰ ਨੂੰ ਅਗਰ ਤੂੰ ਵਿਧੀ ਵਿਧਾਨ ਦੇ ਨਾਲ ਨਾਲ ਕਰੂਗਾ ਹਨਾ ਤੇ ਇਸ ਮੰਤਰ ਦੇ ਨਾਲ ਜਿਹੜਾ ਮੁਰਦਾ ਹੈਗਾ ਉਹ ਵੀ ਜਿੰਦਾ ਹੋ ਸਕਦਾ ਹੈ ਜਦ ਇੰਨੀ ਗੱਲ ਹੋਈ ਵੀਰ ਸਿੰਘ ਬੜਾ ਹੈਰਾਨ ਹੋਇਆ ਕਹਿੰਦਾ ਮਹਾਂਪੁਰਖੋ ਵੀ ਬੱਕੇ ਇਹ ਗੱਲ ਸਹੀ ਹੈਗੀ ਜੇ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿੰਦੇ ਕਿ ਕਹਿੰਦੇ ਕਿਉਂ ਨਹੀਂ ਪਾਈ ਗੁਰਨਾਨਕ ਦੇ ਕਰਜੇ ਦੇ ਉੱਤੇ ਹਰ ਇੱਕ ਕਲਾ ਵਰਤਦੀ ਆ ਪਰ ਹਾਂ ਇਹ ਦੇ ਨਾਲ ਮੁਰਦੇ ਤਾਂ ਜਿੰਦੇ ਹੋ ਸਕਦੇ ਆ ਪਰ ਅਗਰ ਬਿਨਾਂ ਹੁਕਮ ਤੋਂ ਕੋਈ ਕਿਸੇ ਮੁਰਦੇ ਨੂੰ ਜਿੰਦਾ ਕਰਨਾ ਚਾਹੇ ਤਾਂ ਫਿਰ ਉਹਦੇ ਉੱਤੇ ਨਾ ਵਾਹਿਗੁਰੂ ਦੀ ਨਾਰਾਜ਼ਗੀ ਹੋ ਜਾਂਦੀ ਆ ਕਿਉਂਕਿ ਬਿਨਾਂ ਹੁਕਮ ਤੋਂ ਮੁਰਦਾ ਜਿੰਦਾ ਕਰਨਾ ਇਹ ਪਰਮੇਸ਼ਰ ਦੀ ਪ੍ਰਸੰਤਾ ਜਿਹੜੀ ਹਨ ਉਸ ਪ੍ਰਸੰਤਾ ਤੋਂ ਜਿਹੜਾ ਇਨਸਾਨ ਉਹ ਬਾਝਾ ਰਹਿ ਜਾਂਦਾ ਉਹ ਜਿਆਦਾ ਦੁਖੀ ਹੋ ਜਾਂਦਾ ਤੇ ਫਿਰ ਨਰਕ ਦੇ ਵਿੱਚ ਵੀ ਚਲਾ ਜਾਂਦਾ ਜਦ ਮਹਾਪੁਰਖ ਨੇ ਨਾਲੇ ਵੀ ਤਾਣਾ ਕਰ ਦਿੱਤੀ ਪਰ ਜਿਹੜਾ ਇਹਨੂੰ ਭਾਈ ਵੀਰ ਸਿੰਘ ਸੀ ਉਹਦੇ ਮਨ ਤੇ ਇਤਸ਼ਾਹ ਹੋਇਆ ਕਿ ਇਹਦੇ ਵੀ ਠੀਕ ਆ ਵੀ ਤੁਸੀਂ ਮੈਨੂੰ ਮੰਤਰ ਦੇ ਦਿਓ ਮੈਨੂੰ ਦੱਸੋ ਵੀ ਇਹ ਮੰਤਰ ਜਪਣਾ ਕਿਵੇਂ ਆ ਇਹ ਕਰੀ ਮੈਂ ਮੰਤਰ ਜਪ ਕੇ ਤਾਂ ਦੇਖਾਂ ਕਿ ਬਾਕੀ ਇਸ ਤਰ੍ਹਾਂ ਹੁੰਦੀ ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਕਹਿੰਦੇ ਭਾਈ ਮੰਤਰ ਤਾਂ ਤੇਨੂੰ ਦੇ ਦੇਾਂਗੇ ਪਰ ਇੱਕ ਚੀਜ਼ ਦਾ ਖਿਆਲ ਰੱਖਣਾ ਇਹਨੂੰ ਵਰਤਣਾ ਨਹੀਂ ਹਾਂ ਤੂੰ ਸੰਭਾਲ ਕੇ ਰੱਖ ਸਕਦਾ ਜਦ ਮਹਾਪੁਰਖ ਨੇ ਹਦਾਇਤ ਕਰ ਦਿੱਤੀ ਤਾਂ ਭਾਈ ਵੀਰ ਸਿੰਘ ਹੁਣ ਉਹਨਾਂ ਨੇ ਬਾਬਾ ਜੀ ਨੇ ਜਿਹੜਾ ਸੀ ਉਹ ਮੰਤਰ ਦੱਸਿਆ ਜਦੋਂ ਮੰਤਰ ਦੱਸਿਆ ਨਾਲ ਹੀ ਹਦਾਇਤ ਕੀਤੀ ਕਿ ਕਹਿੰਦੇ ਭਾਈ ਇਹਨੂੰ ਸੰਭਾਲ ਕੇ ਰੱਖਣਾ ਹੈਗਾ ਤੇ ਇਸ ਮੰਤਰ ਨੂੰ ਕਿਤੇ ਵੀ ਤੂੰ ਵਰਤੋਂ ਵਿੱਚ ਨਹੀਂ ਲਿਆਉਣਾ ਪਰ ਉਹੀ ਗੱਲ ਹੋਈ ਜਿਹਦਾ ਖਦਸ਼ਾ ਸੀਗਾ ਇੱਕ ਵਾਰੀ ਹੈ ਨਾ ਇਹੇ ਭਾਈ ਵੀਰ ਸਿੰਘ ਜਿਹੜੇ ਸੀਗੇ ਕਿਸੇ ਬਰਾਤ ਦੇ ਵਿੱਚ ਆਪਣੀ ਘੋੜੀ ਤੇ ਜਾ ਰਹੇ ਸੀ ਜਦੋਂ ਕਿਸੇ ਆਪਣੀ ਘੋੜੀ ਤੇ ਜਾ ਰਹੇ ਸੀ ਰਸਤੇ ਵਿੱਚ ਇੱਕ ਪਿੰਡ ਹੈ ਉੱਥੇ ਬੜਾ ਚੀਕ ਚਹਾੜਾ ਪਿਆ ਜਾਤੀ ਕੀ ਚਿਹੜਾ ਪਿਆ ਤੇ ਭਾਈ ਵੀਰ ਸਿੰਘ ਨੇ ਜਾ ਕੇ ਦੇਖਿਆ ਵੀ ਗੱਲ ਕੀ ਹੋਈ ਆ ਉਥੋਂ ਪਤਾ ਲੱਗਾ ਵੀ ਇੱਕ ਪਰਿਵਾਰ ਵਿੱਚ ਇੱਕ ਇਕਲੋਤਾ ਲੜਕਾ ਸੀਗਾ ਉਹਦੀ ਮੌਤ ਹੋ ਗਈ ਤੇ ਇਸ ਕਰਕੇ ਉਹ ਪਰਿਵਾਰ ਜਿਹੜਾ ਸੀਗਾ ਉਹ ਬੜਾ ਧਨਾੜ ਸੀਗਾ ਪਰ ਇਕਲੋਤੇ ਪੁੱਤਰ ਦੀ ਮੌਤ ਹੋ ਰਿਹਾ ਪਰਿਵਾਰ 'ਚ ਜਿਹੜਾ ਬੜਾ ਸਨਾਟਾ ਸ ਆ ਗਿਆ ਜਦ ਇਹ ਸਾਰੀ ਗੱਲਬਾਤ ਭਾਈ ਵੀਰ ਸਿੰਘ ਨੂੰ ਪਤਾ ਲੱਗੀ ਤੇ ਭਾਈ ਵੀਰ ਸਿੰਘ ਦੇ ਮਨ ਦੇ ਵਿੱਚ ਜਿਹੜਾ ਸੀਗਾ ਇਹ ਇੱਕ ਖਿਆਲ ਆਇਆ ਕਿ ਮਹਾਪੁਰਖਾਂ ਨੇ ਮੈਨੂੰ ਇੱਕ ਮੰਤਰ ਦਿੱਤਾ ਹੈਗਾ ਜਿਹਦੇ ਨਾਲ ਮੁਰਦੇ ਜਿੰਦੇ ਹੋ ਸਕਦੇ ਆ ਪਰ ਮੰਨਦੇ ਵਿੱਚ ਵਿਚਾਰ ਕੀਤੀ ਵੀ ਦੇਖੋ ਲੜਕਾ ਕੱਲਾ ਹੈਗਾ ਅਗਰ ਇਹ ਮੰਤਰ ਇਹਨਾਂ ਦੀ ਭਲਾਈ ਦੇ ਵਾਸਤੇ ਵਰਤੇ ਜਾਵੇ ਤਾਂ ਹਰਜ ਵੀ ਕੋਈ ਨਹੀਂ ਇਹ ਗੱਲ ਜਦ ਜਿਹੜੀ ਸੀ ਭਾਈ ਵੀਰ ਸਿੰਘ ਦੇ ਮਨ ਚ ਆਈ ਤੇ ਭਾਈ ਵੀਰ ਸਿੰਘ ਕਹਿਣ ਲੱਗਾ ਕਹਿੰਦਾ ਵੀ ਤੁਸੀਂ ਰੋਣਾ ਪਟਣਾ ਬੰਦ ਕਰੋ ਆਪਾਂ ਦੇ ਪਾਸ ਇੱਕ ਮਹਾਂਪੁਰਖ ਨੇ ਸਾਨੂੰ ਇੱਕ ਐਸੀ ਤਾਕਤ ਦਿੱਤੀ ਆ ਵੀ ਜਿਸ ਤਾਕਤ ਦੇ ਨਾਲ ਵਰਤ ਕੇ ਇਹ ਜਿਹੜਾ ਲੜਕਾ ਠਾਢਾ ਦੁਬਾਰਾ ਜਿੰਦਾ ਹੋ ਸਕਦਾ ਜਦ ਇੰਨੀ ਗੱਲ ਹੋਈ ਉਹ ਸਾਰਾ ਪਰਿਵਾਰ ਬੜਾ ਹੈਰਾਨ ਹੋਇਆ ਉਹਨਾਂ ਨੇ ਭਾਈ ਸਾਹਿਬ ਵੀਰ ਸਿੰਘ ਨੂੰ ਕਹਿਤਾ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਭਾਜੀ ਕਹਿਣ ਲੱਗੇ ਕਹਿਣ ਲੱਗੇ ਕਹਿੰਦੇ ਲੋਬੀ ਆਏ ਜਿਹੜਾ ਮੰਤਰ ਆ ਸੀ ਤੁਹਾਡੇ ਸਾਹਮਣੇ ਹੁਣੇ ਕਰ ਦੇਣਾ ਹੈਗਾ ਇਹ ਕਹਿ ਕੇ ਪਹਿਲਾਂ ਭਾਈ ਵੀਰ ਸਿੰਘ ਉਹਨਾਂ ਨੇ ਇਸ਼ਨਾਨ ਕੀਤਾ ਉਸ ਪਰਿਵਾਰ ਤੋਂ ਜਲ ਲਿਆ ਕੇ ਫਿਰ ਉਹੀ ਜਲ ਜਿਹੜਾ ਸੀਗਾ ਇੱਕ ਗੜਵੇ ਚ ਪਾਇਆ ਤੇ ਆਪ ਜਿਹੜੀ ਸੀ ਇੱਕ ਚਾਦਰ ਦੀ ਬੁੱਕਲ ਮਾਰੀ ਚਾਦਰ ਦੀ ਬੁੱਕਲ ਮਾਰ ਕੇ ਆਪਣਾ ਮੂੰਹ ਸਿਰ ਸਾਰਾ ਲਪੋ ਲਿਆ ਤੇ ਜਲ ਰੱਖ ਕੇ ਹਨਾ ਉਹਦੇ ਉੱਤੇ ਜਿਹੜਾ ਮਹਾਪੁਰਖਾਂ ਦਾ ਬਖਸ਼ਾ ਮੰਤਰ ਸੀ ਉਹ ਪੜਿਆ ਜਦੋਂ ਮੰਤਰ ਜਿੱਦਾਂ ਬਾਬਾ ਜੀ ਨੇ ਜੋਗਤ ਦੱਸੀ ਸੀ ਉਸੇ ਪ੍ਰਕਾਰ ਪੜਿਆ ਪੜ ਕੇ ਫਿਰ ਉਹ ਜਦ ਚਾਦਰ ਮੂੰਹ ਤੋਂ ਲਾਈ ਆ ਉਸ ਤੋਂ ਬਾਅਦ ਜਿਹੜਾ ਗੜਵੀ ਵਿੱਚ ਜਲ ਸੀਗਾ ਉਹ ਜਲ ਫਿਰ ਉਸ ਲੜਕੇ ਦੇ ਮੂੰਹ ਦੇ ਵਿੱਚ ਪਾਇਆ ਤੇ ਜਦ ਛੱਟਾ ਮਾਰਿਆ ਉਹ ਲੜਕਾ ਵਾਕਿਆ ਜਿੰਦਾ ਹੋ ਗਿਆ ਜਦ ਲੜਕਾ ਜਿਹੜਾ ਸੋ ਜਿੰਦਾ ਹੋ ਗਿਆ ਸਾਰਾ ਪੁਰਵਾ ਦੇਖ ਕੇ 당ਗ ਰਹਿ ਗਿਆ ਵੀ ਇਹ ਕਿਵੇਂ ਹੋਇਆ ਜਦੋਂ ਉਸ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਆ ਤੇ ਇਧਰੋਂ ਭਾਈ ਵੀਰ ਸਿੰਘ ਜੀ ਦੇ ਜਿਹੜਾ ਸਰੀਰ ਦੇ ਵਿੱਚ ਜਿਹੜੀ ਸੀ ਉਹ ਜਿਵੇਂ ਅਗਨੀ ਦੀ ਸਾਂਣ ਵਾ ਇਸ ਤਰ੍ਹਾਂ ਸਰੀਰ ਜਿਹੜਾ ਸੀ ਉਹ ਅਗਨੀ ਦੀ ਤਰ੍ਹਾਂ ਸਾਂਣ ਲੱਗਾ ਤੇ ਬਹੁਤ ਸਾਰਾ ਜਿਹੜਾ ਦਰਦ ਸੀ ਸਰੀਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜਾ ਸੀ ਉਹ ਹੋਣਾ ਸ਼ੁਰੂ ਹੋ ਗਿਆ ਜਦ ਪੀੜਾ ਹੋਈ ਆ ਤੇ ਇਹ ਪੀੜਾ ਬੜੀ ਅਸਹਿ ਸੀ ਜਿਸ ਨੂੰ ਦੇਖ ਕੇ ਭਾਈ ਵੀਰ ਸਿੰਘ ਸਮਝ ਗਿਆ ਕਿ ਮਹਾਪੁਰਖਾਂ ਨੇ ਮੈਨੂੰ ਹਦਾਇਤ ਦਿੱਤੀ ਸੀ ਵੇ ਇਸ ਮੰਤਰ ਨੂੰ ਸੰਭਾਲ ਕੇ ਰੱਖਣਾ ਕਿਤੇ ਵਰਤਣਾ ਨਹੀਂ ਅਗਰ ਵਰਤਿਆ ਹੈਗਾ ਬਿਨਾਂ ਵਾਹਿਗੁਰੂ ਜੀ ਦੇ ਹੁਕਮ ਤੋਂ ਤਾਂ ਫਿਰ ਇਸ ਹੁਕਮ ਦੀ ਪਰਮੇਸ਼ਰ ਦੀ ਅਲੰਗਣਾ ਹੁੰਦੀ ਆ। ਇਹ ਸੋਚ ਕੇ ਭਾਈ ਵੀਰ ਸਿੰਘ ਨੇ ਕਬਰਾੜ ਦੇ ਵਿੱਚ ਉਸੇ ਟਾਈਮ ਆਪਣੀ ਘੋੜੀ ਜਿਹੜੀ ਸੀ ਉਹ ਮੋੜੀ ਮੋੜ ਕੇ ਉਸੇ ਦਰਦ ਦੇ ਨਾਲ ਮਹਾਪੁਰਖਾਂ ਦੇ ਅਸਥਾਨ ਢਿੱਲੇ ਤੇ ਆ ਗਿਆ। ਜਦ ਇੱਥੇ ਪਹੁੰਚਿਆ ਇੱਥੇ ਆਉਂਦਿਆਂ ਸਾਰਿਆਂ ਨੇ ਬਾਬਾ ਜੀ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦੇਈਆਂ ਕਿ ਮਹਾਪੁਰਖੋ ਮੈਂ ਅੱਗੇ ਦੇ ਨਾਲ ਪੂਰੀ ਤਰ੍ਹਾਂ ਸੜ ਰਿਹਾ ਮੈਨੂੰ ਬਚਾਓ ਮੈਨੂੰ ਬਚਾਓ। ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਨੇ ਉਸੇ ਟਾਈਮ ਜਦੋਂ ਭਾਈ ਵੀਰ ਸਿੰਘ ਨੂੰ ਦੇਖਿਆ ਦੇਖਦੇ ਸਾਰੀ ਕਹਿਣ ਲੱਗੇ ਕਹਿੰਦੇ ਕਿਉਂ ਭਾਈ ਤੂੰ ਕਹਿੰਦੇ ਹੁਣ ਸੀਮੇ ਵਿੱਚ ਲੂਣ ਪਾ ਗਿਆ ਗਿਆ ਹਨ ਤੈਨੂੰ ਮੈਂ ਕਿੰਨੀ ਵਾਰ ਕਿਹਾ ਸੀਗਾ ਕਿ ਇਸ ਤਰ੍ਹਾਂ ਇਹ ਜਿਹੜਾ ਮੰਤਰ ਹੈ ਇਹਨੂੰ ਸੰਭਾਲ ਕੇ ਰੱਖਣਾ ਹੈਗਾ ਪਰ ਤੂੰ ਕਹਿੰਦੇ ਬਾਜ ਨਹੀਂ ਆਇਆ ਹੈਗਾ ਤੇ ਆਪਣੀ ਜਿਹੜੀ ਜੇਦੋ ਪੂਰੀ ਕਰ ਦਿੱਤੀ ਪਰ ਕਿਉਂਕਿ ਫਿਰ ਭਾਈ ਵੀਰ ਸਿੰਘ ਕਹਿਣ ਲੱਗੇ ਕਹਿੰਦੇ ਮਾਪੁਰ ਕੋ ਤੁਸੀਂ ਮੈਨੂੰ ਬਖਸ਼ ਦਿਓ ਬਸ ਕਿਰਪਾ ਕਰੋ ਵੀ ਆਹ ਜਿਹੜੀ ਆਗੋ ਆ ਨਾ ਮੇਰੇ ਅੰਦਰ ਲੱਗ ਗਈ ਆ ਇਸ ਨੂੰ ਸ਼ਾਂਤ ਕਰ ਦਿਓ ਖੈਰ ਕਿਉਂਕਿ ਭਾਈ ਵੀਰ ਸਿੰਘ ਜਿਹੜਾ ਸੀ ਪੁਰਾਣਾ ਸੇਵਕ ਸੀ ਮਾਹਪੁਰਖਾ ਨੂੰ ਤਰਸ ਆ ਗਿਆ ਇਹਨਾਂ ਤੇ ਇਹਨਾਂ ਨੇ ਕੀ ਕੀਤਾ ਮਾਹਪੁਰਖਾ ਨੇ ਉਸੇ ਟਾਈਮ ਜਿਹੜਾ ਸਗਾ ਉੱਥੋਂ ਜਲ ਲੈ ਆ ਜਲ ਲੈ ਕੇ ਭਾਈ ਵੀਰ ਸਿੰਘ ਤੇ ਛੜਕਾਇਆ ਜਿਸ ਕਰਕੇ ਭਾਈ ਵੀਰ ਸਿੰਘ ਦੇ ਜਿਹੜੀ ਅੰਦਰ ਅੱਗ ਲੱਗੀ ਸੀਗੀ ਉਹ ਅੱਗ ਜਿਹੜੀ ਸੀ ਕੁਝ ਟਾਈਮ ਫਿਰ ਠੰਡੀ ਹੋ ਗਈ ਜਦ ਠੰਡੀ ਹੋਈ ਤਾਂ ਫਿਰ ਮਾਹਪੁਰਖਾ ਨੇ ਭਾਈ ਵੀਰ ਸਿੰਘ ਨੂੰ ਕਹਿਤਾ ਕਹਿੰਦੇ ਭਾਈ ਤੂੰ ਹੁਣ ਇਸ ਤਰ੍ਹਾਂ ਕਰ ਘਰ ਜਾ ਘਰ ਜਾ ਕੇ ਹਨਾ ਇੱਕ ਪਾਠ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਕਰਦੇ ਰਖਾਲਾ ਤੇ ਨਾਲ ਹਨਾ ਭੰਡਾਰਾ ਕਰ ਸਾਰੀ ਸੰਗਤ ਨੂੰ ਪ੍ਰਸ਼ਾਦਾ ਸ਼ਿਕਾ ਜਦ ਇੰਨੀ ਗੱਲ ਹੋਈ ਆ ਤੇ ਮਹਾਂਪੁਰਖ ਨੇ ਆਪਣਾ ਜਿਹੜਾ ਸੇਵਾਦਾਰ ਸੀਗਾ ਭਾਈ ਬਰਿਆਮ ਸਿੰਘ ਪਾਠੀ ਸਿੰਘ ਉਸ ਨੂੰ ਇਹਦੇ ਘਰ ਭੇਜ ਦਿੱਤਾ ਤੇ ਇੰਨੇ ਫਿਰ ਹਨਾ ਘਰ ਦੇ ਵਿੱਚ ਇੱਕ ਸਹਿਜ ਪਾਠ ਰਖਾਇਆ ਜਾਂ ਸਹਿਜ ਪਾਠ ਦਾ ਭੋਗ ਪਿਆ ਫਿਰ ਸਾਰੀ ਸੰਗਤ ਨੇ ਭੰਡਾਰਾ ਵੀ ਵਰਤਾਇਆ ਉਸ ਤੋਂ ਬਾਅਦ ਫਿਰ ਜਿਹੜਾ ਸੀ ਇਹਦਾ ਸਰੀਰ ਪੂਰੀ ਤਰ੍ਹਾਂ ਨਿਰੋਗ ਹੋ ਗਿਆ ਜਾਂ ਨਿਰੋਗ ਹੋ ਗਿਆ ਉਸ ਤੋਂ ਬਾਅਦ ਫਿਰ ਭਾਈ ਵੀਰ ਸਿੰਘ ਦਾ ਇੱਕ ਲੜਕਾ ਜਿਹੜਾ ਸੀ ਚੜਾਈ ਕਰ ਗਿਆ ਜਦ ਚੜਾਈ ਕਰ ਗਿਆ ਹੁਣ ਭਾਈ ਵੀਰ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਸੀ ਉਹ ਬਾਣੇ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਇਸ ਕਰਕੇ ਭਾਈ ਵੀਰ ਸਿੰਘ ਨੇ ਇਸ ਆਪਣੇ ਲੜਕੇ ਦੀ ਚੜਾਈ ਦਾ ਕੋਈ ਗੰਮ ਨਹੀਂ ਕੀਤਾ ਤੇ ਮਨ ਦੇ ਵਿੱਚ ਸੰਤਾਂ ਦਾ ਬਾਬਾ ਮਹਾਰਾਜ ਨਾਮ ਸੁਣਨ ਦਾ ਜਿਹੜਾ ਸੀਗਾ ਉਹ ਆਦੇਸ਼ ਮਨ ਦੇ ਵਿੱਚ ਵਸਾ ਲਿਆ ਕਿ ਭਾਈ ਅਗਰ ਅਸੀਂ ਕਿਸੇ ਨੂੰ ਜਿੰਦਾ ਕਰਨਾ ਹੈ ਤਾਂ ਉਹ ਦੀ ਜਿਹੜੀ ਉਮਰ ਹੈਗੀ ਉਹ ਕਿਸੇ ਵੀ ਤਰੀਕੇ ਨਾਲ ਦੂਸਰੇ ਦੀ ਦੇਣੀ ਪੈਂਦੀ ਹੈ ਸੋ ਜਿਸ ਕਰਕੇ ਭਾਈ ਵੀਰ ਸਿੰਘ ਹੁਣਾਂ ਨੂੰ ਇਹ ਲੜਕਾ ਜਿੰਦਾ ਕਰਨ ਵਿੱਚ ਆਪਣੇ ਲੜਕੇ ਦੀ ਜਿਹੜੀ ਜਾਨ ਹੈਗੀ ਆ ਜਾਂ ਉਹਦੀ ਉਮਰ ਕਹਿ ਲਓ ਉਹ ਗੁਆਉਣੀ ਪਈ ਆ ਤੇ ਉਹ ਫੇ ਜਿਹੜਾ ਬੱਚਾ ਸਗਾ ਜਿਹੜਾ ਜਿੰਦਾ ਹੋਇਆ ਸਗਾ ਉਹਦੇ ਘਰ ਦੇ ਬੇ ਜਿਹੜੇ ਭਾਗ ਲਾਇਏ ਸੀ ਲੇਕਿਨ ਉਹਦਾ ਖਰਜਾਨਾ ਭਾਈ ਵੀਰ ਸਿੰਘ ਨੂੰ ਆਪਣੇ ਲੜਕੇ ਦੀ ਮੌਤ ਦੇ ਵਿੱਚ ਕਾਉਣਾ ਪੈ ਗਿਆ ਪਰ ਭਾਈ ਵੀਰ ਸਿੰਘ ਜਿਹੜਾ ਸੀ ਪਾਣੇ ਵਿੱਚ ਰਹਿ ਕੇ ਜਿੱਥੇ ਆਪਣੇ ਲੜਕੇ ਦਾ ਸੰਸਕਾਰ ਕਰਨਾ ਸੀਗਾ ਉਸ ਸੰਸਕਾਰ ਸੇਵਿਆਂ ਦੇ ਵਿੱਚ ਸ਼ਮਸ਼ਾਨ ਭੂਮੀ ਜੇ ਨਹੀਂ ਗਿਆ ਸੌਂਗੋ ਘਾਰੀ ਮਿੱਠਾ ਜਿਹੜਾ ਸੀਗਾ ਉਹ ਮਹਾਪੁਰਖਾਂ ਦੇ ਹੁਕਮ ਦੇ ਅਨਸਾਰ ਜਿਹੜਾ ਸੀਗਾ ਉਹ ਗਰਵਾਣੀ ਦਾ ਸ਼ਬਦ ਦਾ ਜਾਪ ਕਰਦਾ ਰਿਹਾ ਹੈ ਤੇ ਪਾਣੇ ਨੂੰ ਮਿੱਠਾ ਕਰਕੇ ਨੇ ਮੰਨਿਆ ਸੀ ਇਸ ਤਰ੍ਹਾਂ ਇੱਕ ਭਾਈ ਬ੍ਰਿਯੰਮ ਸਿੰਘ ਜਿਹੜੇ ਪੁਰਾਣੇ ਸੇਵਾਦਾਰ ਮਹਾਪੁਰਖਾਂ ਦੇ ਪੱਠੀ ਸਿੰਘ ਹੋਇਆ ਉਹਨਾਂ ਦਾ ਪੁੱਤਰ ਸੀਗਾ ਇੱਕ ਚੰਦਾ ਸਿੰਘ ਇੱਕ ਵਾਰ ਚੰਦਾ ਸਿੰਘ ਨੂੰ ਨੇ ਪਿਛਾਵ ਦਾ ਬਨ ਪਿਆ ਜਦ ਪਸ਼ਾਵਦਾ ਬੰਨ ਪਿਆ ਤੇ ਭਾਈ ਬਰਿਆਮ ਸਿੰਘ ਹੁਣਾਂ ਨੇ ਡਾਕਟਰ ਨਾਲ ਦੁਖਾਲਿਆ ਦਵਾਈ ਲਈ ਕੋਈ ਰਾਮ ਨਹੀਂ ਆ ਫਿਰ ਬਠੰਡੇ ਲੈ ਗਏ ਜਦ ਇਹਨੂੰ ਬਠੰਡੇ ਲੈ ਕੇ ਡਾਕਟਰ ਨੇ ਚੈੱਕ ਕੀਤਾ ਤੇ ਫਿਰ ਡਾਕਟਰ ਨੇ ਕਹਿਤਾ ਵੀ ਇਹਦਾ ਪ੍ਰਸ਼ਨ ਕਰਨਾ ਪੈਣਾ ਹੈ ਜਦ ਭਾਈ ਬਰਿਆਮ ਸਿੰਘ ਨੂੰ ਪ੍ਰਸ਼ਨ ਦਾ ਕਹਿਤਾ ਤਾਂ ਭਾਈ ਬਰਿਆਮ ਸਿੰਘ ਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਫਿਕਰ ਹੋਇਆ ਪਰ ਹੁਣ ਮਨ ਦੇ ਵਿੱਚ ਸੋਚਿਆ ਵੀ ਹੁਣ ਕੀ ਕਰੀਏ ਅਖੀਰ ਮੰਨ ਦੇ ਵਿੱਚ ਇਹ ਫੁਰਨਾ ਆਇਆ ਵੀ ਅਸੀਂ ਜਾ ਕੇ ਨਾ ਪਹਿਲਾਂ ਮਾਹਪੁਰਖਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਉਹਨਾਂ ਨੂੰ ਸਾਰੀ ਗੱਲ ਦੱਸਦੇ ਹਾਂ ਇਹ ਸੋਚ ਕੇ ਹਨ ਭਾਈ ਬਰਿਆਮ ਸਿੰਘ ਆਪਣੇ ਨਾਲ ਲੜਕੇ ਚੰਦਾ ਸਿੰਘ ਨੂੰ ਮਾਹਪੁਰਖਾਂ ਦੇ ਢਿੱਲੇ ਦੇ ਲਾਏ ਜਦ ਲਾਏ ਉੱਥੇ ਜਾ ਕੇ ਭਾਈ ਬਰਿਆਮ ਸਿੰਘ ਉਹਨਾਂ ਨੇ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਕਹਿਣ ਲੱਗੇ ਕਹਿੰਦੇ ਲਓ ਜੀ ਆਹ ਲਓ ਆਪਣਾ ਬੇਟਾ ਲੱਗਦਾ ਇਹ ਹੁਣ ਬਚਦਾ ਨਹੀਂ ਜਦ ਰੋਕ ਇੰਨੀ ਗੱਲ ਹੋਈ ਤੇ ਬਾਬਾ ਜੀ ਨੇ ਪੁੱਛਿਆ ਕੀ ਗੱਲ ਹੋਈ ਫਿਰ ਭਾਈ ਬਰਿਆਮ ਸਿੰਘ ਉਹਨਾਂ ਨੇ ਸਾਰੀ ਗੱਲ ਬਾਬਾਪੁਰਖਾਂ ਨੂੰ ਦੱਸੀ ਆ ਕਿ ਮਾਹਪੁਰਖ ਨੇ ਜੀ ਇਹਦਾ ਜਿਹੜਾ ਆਪਰੇਸ਼ਨ ਆਫ ਡਾਕਟਰ ਅਨਕੰਟ ਦਾ ਹੈਗਾ ਵੀ ਇਹਦਾ ਪਰਸ਼ਨ ਹੋ ਕਰਨਾ ਹੈਗਾ ਤੇ ਇਸ ਪਰਸ਼ਨ ਦੇ ਵਿੱਚ ਕਾਮਯਾਬੀ ਮਿਲੇ ਜਾਂ ਨਾ ਮਿਲੇ ਕਹਿ ਨਹੀਂ ਸਕਦੇ ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਭਾਈ ਬ੍ਰਿਯਾਂਤ ਸਿੰਘ ਪਾਠੀ ਸਿੰਘ ਨੂੰ ਕਹਿਣ ਲੱਗੇ ਕਿੰਡੇ ਦੇਖ ਭਾਈ ਤੂੰ ਤਾਂ ਇੱਕ ਸਾਡਾ ਪੁਰਾਣਾ ਸੇਵਕ ਵੀ ਆ ਤੂੰ ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਵੀ ਆ ਇਸ ਕਰਕੇ ਤੂੰ ਫਿਕਰ ਨਾ ਕਰ ਤੇਰੇ ਬੱਚੇ ਨੂੰ ਕੁਝ ਨਹੀਂ ਹੁੰਦਾ ਜਦ ਮਾਹਪੁਰਖ ਨੇ ਇਹ ਤਰਵਾਸ ਦੇ ਦਿੱਤੀ ਤਾਂ ਫਿਰ ਜਿਹੜੇ ਸੀ ਭਾਈ ਬ੍ਰਿਯਾਂਤ ਸਿੰਘ ਜਿਹੜੇ ਸੀ ਉਹ ਪੂਰੀ ਤਰ੍ਹਾਂ ਖੁਸ਼ ਹੋ ਗਿਆ ਜਦ ਖੁਸ਼ ਹੋ ਗਿਆ ਤਾਂ ਉਸ ਤੋਂ ਬਾਅਦ ਦੇਖੋ ਜਦ ਰਾਤ ਹੋਈ ਤਾਂ ਭਾਈ ਬਰਿਆਮ ਸਿੰਘ ਜਿਹੜੇ ਸੀ ਆਪਣੀ ਲੜਕੀ ਨੂੰ ਆਪਣੇ ਘਰ ਚੰ다 ਸਿੰਘ ਨੂੰ ਲਾਏ ਉਸ ਤੋਂ ਬਾਅਦ ਰਾਤ ਨੂੰ ਇਸ ਦੇ ਲੜਕੇ ਚੰ다 ਸਿੰਘ ਨੂੰ ਸੁਪਨਾ ਆਇਆ ਸੁਪਨੇ ਵਿੱਚ ਉਹਨੇ ਕੀ ਦੇਖਿਆ ਕਿ ਬਾਬਾ ਮਖਰਨਾਮ ਸਿੰਘ ਜਿਹੜੇ ਸੀ ਉਹ ਚਿੱਟੇ ਵਸਤਰ ਪਹਿਨ ਇਹਦੇ ਪਾਸ ਆਇਆ ਇਹਦੇ ਪਾਸ ਆ ਕੇ ਬਾਬਾ ਜੀ ਨੇ ਇਹਦੇ ਸਰੀਰ ਦੇ ਉੱਪਰ ਹਨ ਪਿੱਠ ਦੇ ਉੱਤੇ ਬੜੇ ਹੀ ਪਿਆਰ ਦੇ ਨਾਲ ਜਿਹੜਾ ਸੀ ਉਹ ਹੱਥ ਫੇਰਿਆ ਜਦ ਹੱਥ ਫੇਰਿਆ ਤੇ ਇਸੇ ਹੀ ਪਿਆਰ ਮਗਧਾ ਦੇ ਵਿੱਚ ਇਹਦਾ ਜਿਹੜਾ ਲੜਕਾ ਚੰ다 ਸਿੰਘ ਜਿਹਨੂੰ ਪਿਸ਼ਾਬ ਦਾ ਬਨ ਪਿਆਸੀ ਉਹਨੇ ਬੜਾ ਸੁਖ ਪ੍ਰਤੀਤ ਕੀਤੀ ਜਦ ਸੁਖ ਪ੍ਰਤੀਤ ਕੀਤੀ ਆ ਉਸ ਤੋਂ ਬਾਅਦ ਉਹ ਸੁਖ ਨਿੰਦਰੇ ਦੇ ਵਿੱਚ ਸੌਂ ਗਿਆ ਜਦ ਸਵੇਰੇ ਉੱਠਿਆ ਤੇ ਪਿਸ਼ਾਬ ਦਾ ਬੜਾ ਜ਼ੋਰ ਪਿਆ ਜਦ ਭਾਈ ਚੰ다 ਸਿੰਘ ਉਹ ਜਿਹੜਾ ਸੀਗਾ ਉਸਨੂੰ ਇਸ ਪਿਸ਼ਾਬ ਦਾ ਇੰਨਾ ਜ਼ੋਰ ਪਿਆ ਤੇ ਜਦ ਉੱਠ ਕੇ ਤੁਰਨ ਲੱਗਾ ਉਸੇ ਟਾਈਮ ਇਹ ਜਿਹੜਾ ਪਿਸ਼ਾਬ ਦਾ ਬਨ ਪਿਆਸੀ ਖੁੱਲ ਗਿਆ ਜਦ ਖੁੱਲ ਗਿਆ ਤੇ ਫੇਰ ਕੀ ਸੀ ਫਿਰ ਸਾਰੀ ਜਿਹੜੀ ਮੁਸ਼ਕਲ ਸੀਗੀ ਉਹ ਦੂਰ ਹੋ ਗਈ ਉਸ ਤੋਂ ਪਾਈ ਬਾਅਦ ਭਾਈ ਬਰਿਆਮ ਸਿੰਘ ਜਿਹੜੇ ਪਾਠੀ ਸੀਗੇ ਆਪਣੇ ਲੜਕੇ ਦੀ ਇਹ ਹਾਲਤ ਦੇਖ ਕੇ ਕਿ ਬਿਨਾਂ ਪ੍ਰੇਸ਼ਣ ਤੋਂ ਪਿਸ਼ਾਬ ਦਾ ਬਨ ਖੁੱਲ ਗਿਆ ਬੜੇ ਖੁਸ਼ ਹੋਏ ਉਸ ਤੋਂ ਬਾਅਦ ਭਾਈ ਬਰਿਆਮ ਸਿੰਘ ਹੁਣਾਂ ਨੇ ਇਹ ਜਿਹੜੀ ਖਬਰ ਸੀ ਡਾਕਟਰ ਨੂੰ ਬਠੰਡੇ ਵੀਤਾ ਸੀ ਡਾਕਟਰ ਵੀ ਬੜੇ ਹੈਰਾਨ ਹੋ ਗਏ ਕਿ ਬਿਨਾਂ ਪ੍ਰੇਸ਼ਣ ਤੋਂ ਪਿਸ਼ਾਬ ਦਾ ਬਨ ਕਿਵੇਂ ਖੁੱਲ ਗਿਆ ਫਿਰ ਉਹਨੂੰ ਪਤਾ ਲੱਗਿਆ ਕਿ ਇਹ ਤਾਂ ਮਹਾਪੁਰਖਾਂ ਦਾ ਕੋਤਕ ਹੈਗਾ ਜਿਹਦੇ ਕਰਕੇ ਇਹ ਜਿਹੜੀ ਖੇਡ ਸਾਰੀ ਹੈ ਭਾਈ ਬਰਿਆਮ ਸਿੰਘ ਦੇ ਲੜਕੇ ਚੰਦਾ ਸਿੰਘ ਨੇ ਵਾਪਰੀ ਉਸ ਤੋਂ ਬਾਅਦ ਫਿਰ ਚੰ다 ਸਿੰਘ ਨੇ ਪੁੱਛਿਆ ਸੀਗਾ ਡਾਕਟਰਾਂ ਨੇ ਵੀ ਤੇਰਾ ਇਹ ਬੰਨ ਕਿਵੇਂ ਖੁੱਲਾ ਹੈਗਾ ਫਿਰ ਚੰ다 ਸਿੰਘ ਨੇ ਦੱਸਿਆ ਸੀਗਾ ਕਿ ਉਸ ਦਿਨ ਜਿੱਦਣ ਅਸੀਂ ਰਾਤ ਨੂੰ ਪਿਤਾ ਜੀ ਦੇ ਨਾਲ ਮਹਾਪੁਰਖਾਂ ਦੇ ਪਾਸ ਗਏ ਸੀ ਤੇ ਉਸ ਰਾਤ ਕਿੰਦੇ ਮੈਨੂੰ ਸੁਪਨਾ ਆਇਆ ਸੁਪਨੇ ਵਿੱਚ ਬਾਬਾ ਜੀ ਨੇ ਮੈਨੂੰ ਦਰਸ਼ਨ ਦਿੱਤੇ ਸੀ ਤੇ ਉਸ ਦਰਸ਼ਨਾਂ ਵਿੱਚ ਮਹਾਪੁਰਖਾਂ ਨੇ ਹਨਾ ਮੇਰੀ ਪਿੱਠ ਦੇ ਉੱਤੇ ਆਪਣਾ ਹੱਥ ਫੇਰਿਆ ਸੀਗਾ ਜਦ ਹੱਥ ਫੇਰਿਆ ਸੀਗਾ ਤੇ ਫਿਰ ਮੈਨੂੰ ਬੜਾ ਸੁੱਖ ਆਨੰਦ ਮਿਲਿਆ ਸੀਗਾ ਪਰ ਜਦ ਦਿਨ ਚੜਿਆ ਸੀਗਾ ਉਸ ਤੋਂ ਬਾਅਦ ਪਸ਼ਾਬ ਇੰਨਾ ਤੇਜ਼ ਆਇਆ ਕਿ ਆਪਣੇ ਆਪ ਹੀ ਬੰਨ ਟੁੱਟ ਗਿਆ ਸੋ ਇਹ ਕਿਰਪਾ ਜਿਹੜੀ ਸੀ ਹਨਾ ਇਹ ਮਹਾਂਪੁਰਖਾਂ ਦੀ ਹੋਈ ਉਸ ਤੋਂ ਬਾਅਦ ਇੱਕ ਹਨਾ ਜਗਨਨਾਥ ਹੋਏ ਪੁਚੋਗਲਾਂ ਦੇ ਉਹਨਾਂ ਦੀ ਮਾਤਾ ਵੀ ਜਿਹੜੀ ਸੀ ਮਹਾਂਪੁਰਖਾਂ ਦੀ ਸੇਵਾ ਕਰਦੀ ਸੀ ਜਦ ਸੇਵਾ ਕਰਦੀ ਕਰਦੀ ਇੱਕ ਦਿਨ ਬਾਬਾ ਜੀ ਉਹਦੇ ਕੋਲ ਉਹਦੀ ਲੰਗੜ ਲੱਗੇ ਤੇ ਉਸ ਬੀਬੀ ਨੂੰ ਮਹਾਂਪੁਰਖਾਂ ਨੇ ਆਪ ਹੀ ਪੁੱਛ ਲਿਆ ਕਹਿਣ ਲੱਗੇ ਕਿ ਤੁਸੀਂ ਦੱਸੋ ਤੁਹਾਡੇ ਪਰਿਵਾਰ ਦਾ ਕੀ ਹਾਲ ਜਦ ਇੰਨੀ ਗੱਲ ਹੋਈ ਆ ਤੇ ਫਿਰ ਜਗਨਨਾਥੀ ਮਾਤਾ ਜੀ ਕਹਿਣ ਲੱਗੇ ਕਿਨੇ ਮਾਪਰਖੋ ਕੀ ਦਸੀਏ ਜਿਹੜੇ ਨਿਆਣੇ ਮੇਰੇ ਬੱਚੇ ਆ ਉਹ ਢਿੱਲੇ ਰਹਿੰਦੇ ਆ ਕਦੀ ਕੋਈ ਢਿੱਲਾ ਹੋ ਜਾਂਦਾ ਕਦੀ ਕੋਈ ਢਿੱਲਾ ਹੋ ਜਾਂਦਾ ਤੇ ਦੱਸੋ ਮੈਂ ਕੀ ਕਰਾਂ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਕਿੰਡੇ ਦੇਖ ਪਾਈ ਤੇਰੇ ਬੱਚੇ ਕਾਹਨੂੰ ਬਿਮਾਰ ਹੋਣੇ ਤੇਰੇ ਬੱਚੇ ਦਾ ਜਿਹੜੇ ਆ ਉਹ ਬੱਟਿਆਂ ਵਰਗੇ ਹੋਣਗੇ ਜਦ ਇੰਨੀ ਗੱਲ ਹੋਈ ਤਾਂ ਮਾਤਾ ਜੀ ਜਿਹੜੇ ਸੀ ਬੜੇ ਹੈਰਾਨ ਹੋਏ ਤੇ ਕਹਿੰਦੇ ਮਹਾਪੁਰਖੋ ਮੇਰੇ ਬੱਚੇ ਬੱਟਿਆਂ ਵਾਲੇ ਸੁਣ ਕੇ ਤੇ ਬਾਬਾ ਜੱਸ ਕੇ ਕਹਿਣ ਲੱਗੇ ਕਹਿੰਦੇ ਇੰਨੇ ਬੱਟਿਆਂ ਵਰਗੇ ਹੋਣਗੇ ਜੇ ਕੋਠੇ ਤੋਂ ੱੱਲ ਕੇ ਡਿੱਗ ਵੀ ਪੈਣਗੇ ਤੇ ਤਾਂ ਵੀ ਇਹਨਾਂ ਦੇ ਸਾਡ ਝੋਟ ਨਹੀਂ ਲੱਗੂਗੀ ਜਦੋਂ ਮਹਾਪੁਰਖਾਂ ਨੇ ਇਹ ਗੱਲ ਕਹੀ ਤਾਂ ਦੇਖੋ ਉਹ ਸਮਾ ਆਇਆ ਫੇਰ ਇਹ ਜਿਹੜੇ ਜਗਨਨਾ ਅਸੀਮ ਮਹਾਪੁਰਖਾਂ ਦੱਸਦੇ ਸੀ ਕਿ ਸਾਡੇ ਬੱਚੇ ਜਿਹੜਾ ਨੇ ਕਈ ਵਾਰ ਜਿਹੜੇ ਸੀਗੇ ਉਹ ਸਾਡੇ ਘਰ ਦੀ ਦੂਸਰੀ ਮੰਜ਼ਲ ਤੋਂ ਥੱਲੇ ਡਿੱਗ ਪੈਂਦੇ ਸੀ ਪਰ ਮਜਾਲ ਹੈ ਕਿਸੇ ਬੱਚੇ ਨੇ ਜੋ ਅੱਜ ਤੱਕ ਕਦੀ ਚਰੀਟ ਆਈ ਹੋਵੇ ਸੋ ਇਹ ਜਿਹੜਾ ਬਚਨ ਸੀ ਮਹਾਪੁਰਖਾਂ ਦਾ ਸੱਤ ਹੋਇਆ ਸੀਗਾ ਇਸੇ ਤਰ੍ਹਾਂ ਇੱਕ ਲੰਬੜਦਾਰ ਨੱਥਾ ਸਿੰਘ ਹੋਇਆ ਦੀਨਾ ਕਾਂਗੜ ਦਾ ਇਹ ਵੀ ਇੱਕ ਵਾਰ ਜਦ ਦੁੱਧ ਲੈ ਗਿਆ ਮਾਹ ਪੁਰਖਾਂ ਦੇ ਕੋ ਇਸ ਨੇ ਆ ਕੇ ਜਦ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਫਿਰ ਬਾਬਾ ਜੀ ਨੇ ਇਸ ਦਾ ਜਿਹੜਾ ਸਗਾ ਉਹ ਗੋਤ ਨਾਮ ਨਾਲ ਕੇ ਦਾਤ ਕੇ ਸਾਰਾ ਪੁੱਛਿਆ ਫਿਰ ਪੁੱਛਿਆ ਕਿਵੇਂ ਆਇਆ ਫਿਰ ਲੰਬੜਦਾਰ ਨੱਥਾ ਸਿੰਘ ਨੇ ਦੱਸਿਆ ਸਗਾ ਕਿ ਮੇਰੇ ਜੋ ਵਿਆਹ ਹੋਇਆ ਉਸ ਤੋਂ ਬਾਅਦ ਮੇਰੇ ਬੱਚਾ ਨੇ ਹੋਇਆ ਪਰ ਕਿਸਮਤ ਜਿਹੜੀ ਸੀ ਉਸ ਨੇ ਐਸਾ ਪਲਟਾ ਖਾਦਾ ਕਿ ਜਿਹੜੀਆਂ ਜਿਹੜੀਆਂ ਦੋਨੇ ਪਤਨੀਆਂ ਸਿਗੀਆਂ ਉਹ ਚੱਲ ਬਸੀਆਂ ਜਦ ਇਹਨਾਂ ਦੀ ਗੱਲ ਹੋਈ ਤੇ ਫਿਰ ਬਾਬਾ ਜੀ ਨੇ ਲੰਬੜਦਾਰ ਨੱਥਾ ਸਿੰਘ ਬਾਲ ਦੇਖ ਕੇ ਕਹਿਣ ਲੱਗੇ ਕਹਿੰਦੇ ਭਾਈ ਹਰ ਇੱਕ ਚੀਜ਼ ਜਿਹੜੀ ਹੈ ਨਾ ਸੇਵਾ ਤੋਂ ਮਿਲਣੀ ਆ ਅਗਰ ਇਨਸਾਨ ਸੇਵਾ ਕਰੇਗਾ ਸੇਵਾ ਤੇ ਉਹਨੂੰ ਮੇਵਾ ਪ੍ਰਾਪਤ ਹੋ ਸਕਦਾ ਉਸ ਤੋਂ ਬਾਅਦ ਦੇਖੋ ਲੰਬੜ ਦਾ ਨੱਥਾ ਸਿੰਘ ਨੇ ਹਨ ਬਾਬਾ ਜੀ ਦੇ ਪਾਸ ਤਿੰਨ ਸਾਲ ਸੇਵਾ ਕੀਤੀ ਤੇ ਤਿੰਨ ਸਾਲ ਲਗਾਤਾਰ ਸੇਵਾ ਕੀਤੀ ਆ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇੱਕ ਦਿਨ ਬੁਲਾ ਕੇ ਕਹਿਣ ਲੱਗੇ ਕਹਿੰਦੇ ਭਾਈ ਤੇਰੀ ਜਿਹੜੀ ਸੇਵਾ ਹੈਗੀ ਆ ਇਹ ਪੂਰੀ ਹੋ ਗਈ ਆ ਹੁਣ ਤੂੰ ਆਪਣੇ ਘਰ ਹਨ ਜਾ ਸਕਦਾ ਹੈਗਾ ਉਸ ਤੋਂ ਬਾਅਦ ਦੇਖੋ ਜਿਹੜਾ ਲੰਬੜਾ ਨੱਥਾ ਸਿੰਘ ਆ ਇਹ ਜਦ ਆਪਣੇ ਘਰ ਗਿਆ ਇਹਨੂੰ ਇੱਕ ਰਿਸ਼ਤਾ ਆਇਆ ਜਿਹੜਾ ਰਿਸ਼ਤਾ ਆਇਆ ਸੀ ਇਹਨੂੰ ਕੋਟ ਫਤਿਹ ਤੋਂ ਆਇਆ ਸੀਗਾ ਉੱਥੋਂ ਜਦ ਫਿਰ ਜਿਹੜਾ ਸੀਗਾ ਇਹ ਨੰਬਰ ਨੱਥਾ ਸਿੰਘ ਦਾ ਦੁਬਾਰਾ ਵਿਆਹ ਹੋਇਆ ਸੀਗਾ ਉਹ ਵਿਆਹ ਜਿਹੜਾ ਸੀਗਾ ਇਹ ਬਿਲਕੁਲ ਜਿਹੜਾ ਸੀ ਉਹ ਰਾਜੀ ਖੁਸ਼ੀ ਰਿਆ ਉਸੇ ਵਿਆਹ ਤੋਂ ਗਰਦੇয়াল ਸਿੰਘ ਦਾ ਜਿਹੜਾ ਸੀਗਾ ਇਹਦਾ ਲੜਕਾ ਗਰਦੇয়াল ਸਿੰਘ ਉਹਦਾ ਜਨਮ ਹੋਇਆ ਸੀਗਾ ਇਸੇ ਤਰ੍ਹਾਂ ਨਾ ਮਾਹਪੁਰਖਾਂ ਨੇ ਜਦੋਂ ਹਨ ਭਗਤ ਨਰੈਣ ਭਗਤ ਜਿਹੜੇ ਸੀਗੇ ਉਹ ਮਾਹਪੁਰਖਾਂ ਦੇ ਕੋਲ ਆਏ ਸੀ ਤੋ ਉਸ ਟਾਈਮ ਬਾਬਾ ਜੀ ਨੇ ਉਹਨਾਂ ਟਾਈਮਾਂ ਦੇ ਵਿੱਚ ਮੁੰਸ਼ੀ ਹਰਦੇਤ ਸਿੰਘ ਤੋਂ ਉਹਨਾਂ ਭਵਿੱਖ ਵਚਨ ਲਿਖਾਏ ਸੀ ਤੇ ਜਦੋਂ ਮੁੰਸ਼ੀ ਹਰਦੇਤ ਸਿੰਘ ਤੋਂ ਭਵਿੱਖ ਵਚਨ ਲਿਖਾਏ ਲਿਖਾਏ ਸਗੇ ਤਾਂ ਇਹ ਜਿਹੜੇ ਵਚਨ ਸਕੇ ਉਸ ਟਾਈਮ ਬਾਬਾ ਖੇਮ ਸਿੰਘ ਉਹਨਾਂ ਨੇ ਜਿਹੜੇ ਸੀ ਪੜੇ ਸੀ ਇਹਦੇ ਵਿੱਚ ਮਹਾਪੁਰਖ ਨੇ ਦੱਸਿਆ ਸੀ ਕਿੰਦੇ ਕੋਈ ਸਮਾਂ ਆਊਗਾ ਜਦੋਂ ਅਸੀਂ ਵਾਪਸ ਜਿਹੜਾ ਹਨ ਇਸ ਮਾਤ ਲੋਕ ਦੀ ਧਰਤੀ ਚ ਆਵਾਂਗੇ ਤੇ ਉਸ ਟਾਈਮ ਕਿੰਦੇ ਸਾਡੇ ਨਾਲ ਨਾ ਪੰਜ ਮਹਾਪੁਰਖ ਹੋਣਗੇ ਇਹ ਜਿਹੜੇ ਭਵਿੱਖ ਵਚਨ ਆ ਇਮਰਸ਼ੀ ਹਰਦੇਤ ਸਿੰਘ ਨੂੰ ਮਹਾਪੁਰਖਾਂ ਨੇ ਲਿਖਾਇਆ ਤੇ ਬਾਬਾ ਖੇਮ ਸਿੰਘ ਹੋਣਾ ਨੇ ਵੀ ਇਹ ਪੜ੍ਹੇ ਸੀਗੇ ਤੇ ਇਹ ਜਿਹੜੇ ਵਜਾਂ ਸੀ ਨਰੈਣ ਭਗਤ ਜੀ ਨੇ ਵੀ ਜਿਹੜੇ ਸੀ ਇਹ ਮਹਾਪੁਰਖਾਂ ਨੂੰ ਸੁਣਾਈ ਸੀ ਉਹਦੇ ਵਿੱਚ ਬਾਬਾ ਜੀ ਨੇ ਦੱਸਿਆ ਸੀਗਾ ਕਿ ਸਾਡੇ ਨਾਲ ਜਿਹੜੇ 5 ਪਿਆਰੇ ਆਉਣਗੇ ਉਹਨਾਂ ਵਿੱਚੋਂ ਬਾਬਾ ਅਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਪੁਰਖ ਇੱਕ ਹੋਣਗੇ ਦੂਸਰਾ ਨੇ ਦੱਸਿਆ ਸੀ ਸੰਤ ਅਤਰ ਸਿੰਘ ਜੀ ਮਸਤੂਆਣੇ ਮਹਾਪੁਰਖ ਹੋਣਗੇ ਤੀਸਰਾ ਨੇ ਦੱਸਿਆ ਸੀ ਸੰਤ ਵਿਦਾਵਾ ਸਿੰਘ ਜੀ ਲਹਿਰੇਖਾਨੇ ਵਾਲੇ ਹੋਣਗੇ ਚੌਥਾ ਮਾਪੁਰਖਾਂ ਨੇ ਜਿਹੜਾ ਸੀ ਭਵਿੱਖ ਵਚਨ ਲਿਖਾਇਆ ਸੀ ਕਿ ਸੰਤ ਚੰਦਾ ਸਿੰਘ ਜੀ ਕੱਟੂ ਵਾਲੇ ਹੋਣਗੇ ਤੇ ਪੰਜਵਾਂ ਜਿਹੜਾ ਸੀ ਮਾਪੁਰਖਾਂ ਲਿਖਾਇਆ ਸੀਗਾ ਕਿ ਸੰਤ ਆਂਚਲ ਸਿੰਘ ਜੀ ਚੱਕਾ ਵਾਲੇ ਜਿਹੜੇ ਹਨ ਉਹ ਸਾਡੇ ਨਾਲ ਪੰਜਾਂ ਪਿਆਰਿਆਂ ਦੇ ਵਿੱਚ ਇੱਥੇ ਹੋਣਗੇ ਸੋ ਇਹ ਜਿਹੜੇ ਵਚਨ ਹੈਗੇ ਆ ਇਹ ਬਾਬਾ ਖਿਮ ਸਿੰਘ ਹੁਣ ਜਿਹੜੇ ਸੀ ਉਹ ਪੜ੍ਹੇ ਸੀਗੇ ਤੇ ਫਿਰ ਮਾਪੁਰਖਾਂ ਦੇ ਨਾਲ ਸਾਂਝੇ ਕੀਤੇ ਸੀ ਸੋ ਦਸ ਇੰਨੇ ਹੀ ਮਾਪੁਰਖਾਂ ਦੇ ਦਰਸ਼ਨਾਂ ਦੇ ਜੋ ਵਚਨ ਹੈਗੇ ਆ ਉਹ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਆਜਾਤਕ ਹੈ ਜੀ ਉਹ ਇੰਨਾ ਬਿਆੰਤ ਭੁੱਲਾ ਚੁਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ